ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਉਂ ਬੁਲਾਵੇ ਤੋ ਬੁਲੈ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭਾ ਸੰਗਤਾਂ ਬਾਈ ਭਾਈ ਵਡਭਾਗੇ ਹੋ ਧੰਤਾ ਦੇ ਯੋਗ ਲੋਕ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ ਅਤੇ ਸੁਭਾਈਮਾਨ ਚਵਰ ਤਖਤ ਦੀ ਮਾਲਿਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਛ ਘੜੀਆਂ ਸਫਲੀਆਂ ਬਣਾ ਰਹੇ ਹੋ ਵੱਡਿਆਂ ਭਾਗਾਂ ਵਾਲਿਓ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਧੰਤਾਂ ਦੇ ਯੋਗ ਬਣੀਏ। ਕੱਲ੍ਹ ਆਪਾਂ ਨੇ ਸਰਵਣ ਕੀਤਾ ਸੀ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਹਰ ਇਕਾਂਤ ਵਿੱਚ ਕਿਤੇ ਆਪਣਾ ਡੇਰਾ ਕਰਨਾ ਚਾਹੁੰਦੇ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਆ ਸਤਿਗੁਰਾਂ ਨੇ ਅਗਲੀ ਸਵੇਰ ਰਾਜੇ ਦੇ ਮਹਿਲਾਂ ਵਿੱਚੋਂ ਬਾਹਰ ਨੂੰ ਜਾਣਾ ਕੀਤਾ ਆਪਣੇ ਸਿੱਖ ਸੇਵਕਾਂ ਸਮੇਤ ਕਿ ਕੋਈ ਚੰਗੀ ਜਗ੍ਹਾ ਦੇਖ ਕੇ ਅਤੇ ਉੱਥੇ ਡੇਰਾ ਕਰੀਏ। ਹੁਣ ਜਦੋਂ ਸਤਿਗੁਰੂ ਜੀ ਗਏ ਹੈ ਬਾਹਰ ਵੱਲੇ ਜਦੋਂ ਰਾਜੇ ਨੂੰ ਪਤਾ ਲੱਗਿਆ ਤਾਂ ਇਹਨੇ ਆਪਣੇ ਦੂਤ ਨੂੰ ਭੇਜਿਆ ਕਿ ਜਾਓ ਤੁਸੀਂ ਜਾ ਕਰਕੇ ਸਾਥ ਵਿੱਚ ਰਹਿਣਾ ਅਤੇ ਪਤਾ ਲਾਉਣਾ ਕਿ ਕਿਤੇ ਸਤਿਗੁਰੂ ਜੀ ਸਾਡੇ ਵੱਲੋਂ ਕੋਈ ਕਮੀ ਰਹਿ ਗਈ ਨਾਰਾਜ਼ਵਸ ਸਾਡੇ 'ਤੇ ਨਾਰਾਜ਼ਵਸ ਤਾਂ ਨਹੀਂ ਜੇ ਕੋਈ ਸਾਡੇ ਪਾਸੋਂ ਭੁੱਲ ਹੋਈ ਤਾਂ ਅਸੀਂ ਆਪਣੇ ਆਪ ਨੂੰ ਫੇਰ ਬਖਸ਼ਾ ਲਵਾਂਗੇ ਕਿਤੇ ਅਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਦੋਸ਼ੀ ਨਾ ਬਣ ਜਾਈਏ। ਡਰਦਾ ਸੀ ਕਹਿਣ ਦਾ ਭਾਵ ਬੜਾ ਵੱਡਾ ਭਾਉ ਹੈ ਅਤੇ ਗੁਰੂ ਦਰਬਾਰ ਨੂੰ ਮੰਨਦਾ ਹੋਇਆ ਰਾਜਾ ਸ਼ਰਧਾ ਬਣਾ ਕੇ ਅਤੇ ਸਤਿਗੁਰਾਂ ਦੇ ਚਰਨ ਪਰਸਦਾ ਹੈ। ਹੁਣ ਇਹ ਦੂਤ ਨੇ ਜਾ ਕੇ ਮਿਲਿਆ ਸਤਿਗੁਰਾਂ ਦੇ ਨਾਲ ਅਤੇ ਆਪਣੇ ਮਨ ਦੀ ਜਿਹੜੀ ਗੱਲ ਸੀ ਇਹਨੇ ਸਤਿਗੁਰਾਂ ਦੇ ਨਾਲ ਸਾਂਝੀ ਕੀਤੀ ਹੈ ਅਤੇ ਜਿਸ ਪਾਸੇ ਵੱਲ ਸਤਿਗੁਰੂ ਜੀ ਮਹਾਰਾਜ ਜਾ ਰਹੇ ਹੈ ਉਸ ਪਾਸੇ ਵੱਲ ਹੀ ਇਹ ਪ੍ਰਧਾਨ ਸਤਿਗੁਰਾਂ ਦੇ ਸਾਥ ਸਾਥ ਜਾ ਰਹੇ ਹੈ। ਆਓ ਹੁਣ ਆਪਾਂ ਇਸ ਤੋਂ ਅੱਗੇ ਸਰਵਣ ਕਰੀਏ ਕਿ ਕਿੱਦਾਂ ਇਹ ਜਿਹੜਾ ਦੂਤ ਹੈ ਜਿਹੜਾ ਰਾਜੇ ਦਾ ਪ੍ਰਧਾਨ ਸੀ ਸਤਿਗੁਰੂ ਜੀ ਇਹਨੂੰ ਪੁੱਛਦੇ ਹੈ ਅਤੇ ਕਿਵੇਂ ਇਹ ਇਕਾਂਤ ਵਿੱਚ ਜਗ੍ਹਾ ਦੱਸਦਾ
ਅਤੇ ਸਤਿਗੁਰੂ ਜੀ ਇਹਦੀ ਗੱਲ ਮੰਨ ਕੇ ਅਤੇ ਉਸ ਜਗ੍ਹਾ 'ਤੇ ਡੇਰਾ ਕਰਦੇ ਆ। ਇਸ ਤੋਂ ਅੱਗੇ ਆਪਾਂ ਸਰਵਣ ਕਰੀਏ। ਵਾਹਿਗੁਰੂ ਜੀ ਸਤਨਾਮ, ਵਾਹਿਗੁਰੂ ਸਾਹਿਬ ਜੀ ਮੁਝ ਕੋ ਨਿਰਪਕੀ ਆਏ ਸੇ ਹੈ, ਚਲੋ ਸੰਗ ਜੈ ਤੁਮ ਚਿਤ ਚਾਹੇ, ਕਰੋ ਬਲੋਕਨ ਜਿਸ ਦੇ ਸਮਾਹੀ, ਥਿਰੋ ਆਨੰਦ ਰਿਦਾ ਹੈ ਜਾਹੀ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਇਸ ਦੂਤ ਨੂੰ ਪੁੱਛਿਆ ਕਿ ਦੂਤ ਤੁਸੀਂ, ਅਤੇ ਇਹ ਕਹਿਣ ਲੱਗਾ ਕਿ ਸਤਿਗੁਰੂ ਜੀ ਰਾਜੇ ਦਾ ਮੇਰੇ ਪ੍ਰਤੀ ਹੁਕਮ ਹੈ ਕਿ ਤੁਸੀਂ ਜਾਓ, ਜਾ ਕਰਕੇ ਸਤਿਗੁਰਾਂ ਦੇ ਸਾਥ ਵਿੱਚ ਰਹਿਣਾ ਕਰੋ, ਤੁਸੀਂ ਸਤਿਗੁਰਾਂ ਦੇ ਸਾਥ ਵਿੱਚ ਰਹਿਣਾ ਕਰੋ ਕਿ ਜਿਸ ਜਗ੍ਹਾ 'ਤੇ ਤੁਸੀਂ ਜਾਓਗੇ ਸਤਿਗੁਰੂ ਜੀ ਮੈਂ ਉਸ ਜਗ੍ਹਾ 'ਤੇ ਤੁਹਾਡੇ ਸਾਥ ਵਿੱਚ ਹੀ ਜਾਵਾਂਗਾ, ਤੁਹਾਡੇ ਸਾਥ ਵਿੱਚ ਰਹਿਣਾ ਕਰਾਂਗਾ, ਕਿਉਂਕਿ ਰਾਜੇ ਨੇ ਮੈਨੂੰ ਇਹ ਕਹਿ ਕੇ ਭੇਜਣਾ ਕੀਤਾ ਕਿ ਤੁਸੀਂ ਸਦਾ ਹੀ ਸਤਿਗੁਰਾਂ ਦੇ ਸਾਥ ਵਿੱਚ ਰਹਿਣਾ ਹੈ ਅਤੇ ਪ੍ਰੇਮ ਬਣਾ ਕੇ, ਸ਼ਰਧਾ ਬਣਾ ਕੇ ਉਹਨਾਂ ਦੀ ਸੇਵਾ ਕਰਨੀ ਹੈ, ਅਤੇ ਨਾਲੇ ਇਸ ਗੱਲ ਦਾ ਪਤਾ ਲਾਉਣਾ ਹੈ ਕਿ ਸਤਿਗੁਰੂ ਜੀ ਕਿਉਂ ਚਲੇ ਗਏ ਮੇਰੇ ਮਹਿਲਾਂ ਵਿੱਚੋਂ, ਕੀ ਹੋਣਾ ਕੀਤਾ, ਕਿਸੇ ਨੇ ਕੁਛ ਕਹਿ ਤਾਂ ਨਹੀਂ ਦਿੱਤਾ, ਜਾਂ ਸਾਡੇ ਪਾਸੋਂ ਕੋਈ ਭੁੱਲ ਤਾਂ ਨਹੀਂ ਹੋ ਗਈ, ਜੇ ਇੱਦਾਂ ਦੀ ਕੋਈ ਕਹਾਣੀ ਨਿਕਲੇ ਤਾਂ ਸਾਨੂੰ ਦੱਸਣਾ ਕਰੀ ਅਤੇ ਅਸੀਂ ਸਤਿਗੁਰਾਂ ਤੋਂ ਆਪਣੀ ਭੁੱਲ ਬਖਸ਼ਾ ਲਵਾਂਗੇ। ਇਸ ਵਾਸਤੇ ਸਤਿਗੁਰੂ ਜੀ ਜਿਸ ਪਾਸੇ ਵੱਲ ਤੁਸੀਂ ਜਾਓਗੇ ਜਾਂ ਜਿਸ ਪਾਸੇ ਵੱਲ ਜਾਣ ਲਈ ਕਹੋਗੇ, ਮੈਂ ਆਪ ਜੀ ਦੇ ਹੁਕਮ ਦਾ ਬੱਝਾ ਹੋਇਆ ਉਸੇ ਪਾਸੇ ਤੁਹਾਡੇ ਸਾਥ ਜਾਵਾਂਗਾ, ਜਿੱਥੇ ਕਹੋਗੇ ਉੱਥੇ ਹੀ ਠਹਿਰਾਂਗਾ, ਤੁਹਾਡੇ ਹੁਕਮ ਦੀ ਤਮੀਲ ਕਰਾਂਗਾ ਕਿ ਆਪ ਜੀ ਦਾ ਹੁਕਮ ਮੰਨ ਕੇ ਅਤੇ ਮੈਂ ਆਪਣੇ ਹਿਰਦੇ ਵਿੱਚ ਆਨੰਦ ਲੈਣਾ ਕਰਾਂਗਾ, ਆਪਣੇ ਆਪ ਨੂੰ ਸੁਭਾਗਾ ਸਮਝਾਂਗਾ ਕਿ ਬਈ ਵੱਡੇ ਭਾਗਾਂ ਦੇ ਨਾਲ ਅੱਠਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਸੰਗਤ ਕਰਨ ਦੀ, ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਗਿਆ ਅਤੇ ਮੈਂ ਵੀ ਵੱਡੇ ਭਾਗਾਂ ਵਾਲਾ ਬਣ ਗਿਆ। ਇਸ ਵਾਸਤੇ ਸਤਿਗੁਰੂ ਜੀ ਮੈਂ ਰਾਜੇ ਦੇ ਹੁਕਮ ਦਾ ਬੱਝਾ ਹੋਇਆ ਆਪ ਜੀ ਦੇ ਚਰਨਾਂ ਦੀ ਸੇਵਾ ਕਰਾਂਗਾ। ਤਾਹਾ ਕਰੋ ਬਿਸ਼ਰਾਮ ਸੁਖਾਰੇ, ਪਹੁੰਚੇ ਪੁਣ ਸਮਾਜ ਜੇ ਸਾਰੇ, ਇਮ ਕਹਿ ਸੁਣ ਭੇ ਅਸਵਾਰ, ਸਿਵਕਾ ਲਈ ਉਠਾਏ ਕਹਾਰ। ਕਿ ਜਿਸ ਜਗ੍ਹਾ 'ਤੇ ਤੁਸੀਂ ਜਾਣਾ ਚਾਹੋਗੇ ਉੱਥੇ ਫਿਰ ਸੁੱਖ ਸਹਿਤ ਤੁਸੀਂ ਆਰਾਮ ਦੇ ਨਾਲ ਆਨੰਦ ਲੈਣਾ ਕਰੋ। ਇਹ ਦੂਤ ਕਹਿੰਦਾ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਤੁਸੀਂ ਰਹਿਮਤਾਂ ਵਰਤਾਓ, ਅਤੇ ਨਾਲ ਹੀ ਇਹ ਕਹਿੰਦਾ ਕਿ ਸਤਿਗੁਰੂ ਜੀ ਜਿਸ ਜਗ੍ਹਾ 'ਤੇ ਤੁਸੀਂ ਜਾਓਗੇ ਨਾ ਸੰਗਤਾਂ 'ਤੇ ਉੱਥੇ ਹੀ ਆ ਜਾਣਗੀਆਂ, ਜਿਸ ਜਗ੍ਹਾ 'ਤੇ ਤੁਸੀਂ ਜਾਓਗੇ, ਜਿਸ ਜਗ੍ਹਾ 'ਤੇ ਤੁਸੀਂ ਡੇਰਾ ਕਰੋਗੇ ਨਾ, ਸੰਗਤਾਂ ਦਾ ਤਾਂ ਇਤਨਾ ਪਿਆਰ ਜੁੜਿਆ ਹੋਇਆ ਹੈ, ਉਸ ਜਗ੍ਹਾ 'ਤੇ ਤੁਹਾਡੇ ਚਰਨਾਂ ਵਿੱਚ ਪਹੁੰਚ ਜਾਣਗੀਆਂ। ਭਾਵੇਂ ਤੁਸੀਂ ਕਿਸੇ ਵੀ ਜਗ੍ਹਾ 'ਤੇ ਚਲੇ ਜਾਓ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਜੀ। ਕਿਉਂਕਿ ਸਤਿਗੁਰੂ ਜੀ ਤੁਸੀਂ ਜਿੱਥੇ ਵੀ ਚਰਨ ਪਾਉਂਦੇ ਹੋ ਉਹ ਸਤਿਕਾਰੇ ਯੋਗ, ਉਹ ਜਗ੍ਹਾ ਪਵਿੱਤਰ ਹੋ ਗਈ, ਵੱਡੇ ਭਾਗਾਂ ਵਾਲੀ ਹੋ ਗਈ। ਇਸ ਵਾਸਤੇ ਜਿੱਧਰ ਤੁਸੀਂ ਜਾਓਗੇ ਨਾ ਸਤਿਗੁਰੂ ਜੀ,
ਉਸ ਪਾਸੇ ਵੱਲ ਹੀ ਸਾਰੀਆਂ ਸੰਗਤਾਂ ਜਾਣਗੀਆਂ। ਹੁਣ ਇਸ ਤਰ੍ਹਾਂ ਕਹਿ ਸੁਣ ਕੇ ਅਤੇ ਕੁਹਾਰ ਜਿਹੜੇ ਹੈ ਉਹ ਪਾਲਕੀ ਨੂੰ ਚੁੱਕ ਕਰਕੇ ਜਿੱਧਰ ਸਤਿਗੁਰਾਂ ਦਾ ਹੁਕਮ ਸੀ ਅਤੇ ਉਸ ਪਾਸੇ ਵੱਲ ਹੀ ਲੈ ਕੇ ਜਾ ਰਹੇ ਹੈ। ਜਿੱਧਰ ਸਤਿਗੁਰਾਂ ਦਾ ਹੁਕਮ ਸੀ ਨਾ ਉਸ ਪਾਸੇ ਵੱਲ ਹੀ ਫਿਰ ਲੈ ਕੇ ਅਤੇ ਤੁਰੇ ਜਾ ਰਹੇ ਸੀ। ਸਤਿਗੁਰੂ ਜੀ ਮਹਾਰਾਜ ਦੇ ਨੇੜੇ ਨੇੜੇ ਹੋ ਕੇ ਇਹ ਪ੍ਰਧਾਨ ਜਿਹੜਾ ਸੀ ਰਾਜੇ ਦਾ ਨੰਗੇ ਪੈਰੀ ਸਫ਼ਰ ਕਰਦਾ ਜਾਂਦਾ, ਤੁਰਦਾ ਪੈਦਲ, ਕੋਈ ਇਸਨੇ ਘੋੜਾ ਨਹੀਂ ਲੈਣਾ ਕੀਤਾ। ਸਤਿਗੁਰੂ ਜੀ ਮਹਾਰਾਜ ਦੀ ਪਾਲਕੀ ਦੇ ਨਾਲ ਪੈਦਲ ਤੁਰਿਆ ਜਾ ਰਿਹਾ ਸੀ ਅਤੇ ਹੱਥ ਜੋੜ ਕੇ ਕਈ ਥਾਂ ਟਿਕਾਣੇ ਦੱਸਦਾ ਜਾਂਦਾ ਸੀ। ਇਹ ਸਤਿਗੁਰਾਂ ਦੇ ਮਨ ਦੀ ਗੱਲ ਸਮਝਣਾ ਚਾਹੁੰਦਾ ਸੀ ਕਿ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਸ ਜਗ੍ਹਾ 'ਤੇ ਜਾਂ ਕਿੱਦਾਂ ਦੀ ਜਗ੍ਹਾ 'ਤੇ ਆਪਣਾ ਟਿਕਾਣਾ ਕਰਨਾ ਚਾਹੁੰਦੇ ਹੈ ਅਤੇ ਉੱਦਾਂ ਦੇ ਪੁੱਛ ਕਰਕੇ ਸੁਣ ਕਰਕੇ ਅਤੇ ਟਿਕਾਣਾ ਕਰਵਾਉਣਾ ਚਾਹੁੰਦਾ ਸੀ। ਇਸ ਗੱਲ ਨੂੰ ਸਮਝ ਕਰਕੇ ਨਾ ਇਹ ਫਿਰ ਤੁਰਿਆ ਜਾ ਰਿਹਾ ਸੀ, ਤੁਰਿਆ ਜਾ ਰਿਹਾ ਸੀ, ਦੱਸਦਾ ਜਾਂਦਾ ਸੀ। ਅਤੇ ਬੜੇ ਜਿਹੜੇ ਸੁੰਦਰ ਸਥਾਨ ਸੀ ਨਾ ਇਹਨੇ ਕਈ ਫਿਰ ਦੱਸਣਾ ਕੀਤੇ ਹੈ, ਕਈ ਸੁੰਦਰ ਸਥਾਨਾਂ ਬਾਰੇ ਇਸ ਪ੍ਰਧਾਨ ਨੇ ਦੱਸਣਾ ਕੀਤਾ ਅਤੇ ਕਹਿਣ ਲੱਗਾ ਸਤਿਗੁਰੂ ਜੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ, ਜਿਹੜਾ ਤੁਹਾਨੂੰ ਸੋਹਣਾ ਲੱਗਦਾ ਹੈ ਉਸ ਜਗ੍ਹਾ 'ਤੇ ਤੁਸੀਂ ਆਪਣਾ ਡੇਰਾ ਕਰ ਲਵੋ। ਇਹ ਸਾਰੇ ਸਥਾਨ ਬੜੇ ਸੁੰਦਰ ਨੇ, ਸ਼ੋਭਦਾਇਕ ਨੇ, ਜਿੱਥੇ ਕਿ ਬੜਾ ਆਨੰਦ ਆਉਣਾ ਕਰਦਾ ਹੈ ਅਤੇ ਜੀ ਵੀ ਬੜਾ ਲੱਗਦਾ ਹੈ। ਸਣੇ ਸਣੇ ਸਿਵਕਾ ਮਗ ਚਾਲੇ, ਸੁਣੋ ਗੁਰੂ ਜੀ ਥਾਨ ਬਸਾਲੇ, ਜੋਗ ਆਪ ਕੇ ਮੈਂ ਮਨ ਜਾਨਾ, ਰਹਿਥ ਰਾਜ ਆਪ ਤਿਸਥਾਨਾ। ਹੁਣ ਜਿਵੇਂ ਜਿਵੇਂ ਹੌਲੀ ਹੌਲੀ ਪਾਲਕੀ ਚਲੀ ਜਾ ਰਹੀ ਸੀ ਨਾ, ਪ੍ਰਧਾਨ ਨੇ ਫਿਰ ਹੱਥ ਜੋੜ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਬੇਨਤੀ ਕੀਤੀ ਹੈ। ਕਹਿੰਦਾ ਸਤਿਗੁਰੂ ਜੀ ਇੱਕ ਮੇਰੀ ਗੱਲ ਹੋਰ ਸੁਣਨਾ ਕਰੋ ਕਿ ਮੈਂ ਆਪ ਜੀ ਦੇ ਯੋਗ ਜੋ ਆਪਣੇ ਮਨ ਦੇ ਵਿੱਚ ਜਗ੍ਹਾ ਜਾਣੀ ਹੈ ਨਾ ਉਹ ਸਤਿਗੁਰੂ ਜੀ ਤੁਹਾਨੂੰ ਦੱਸਣਾ ਚਾਹੁੰਦਾ। ਚਲਦੇ ਚਲਦੇ ਨਾ ਇਹਦੇ ਮਨ ਦੇ ਵਿੱਚ ਇਹ ਗੱਲ ਆ ਗਈ, ਜਾਂ ਕਹਿ ਲਓ ਕਿ ਇਹਦੇ ਮਨ ਦੇ ਵਿੱਚ ਇਹ ਸੋਚ ਆਈ ਕਿ ਰਾਜੇ ਦੇ ਡੇਰੇ ਦੇ ਲਾਗੇ ਫਿਰ ਡੇਰਾ ਕਰਵਾਇਆ ਜਾਏ, ਜਿੱਥੇ ਕਿ ਰਾਜੇ ਨੇ ਆਪਣੀ ਫੌਜ ਦਾ ਉਤਾਰਾ ਕਰਵਾਇਆ ਹੋਇਆ ਹੈ, ਅਸਲਾ ਤੋਪਾਂ ਵਗੈਰਾ ਜਿਸ ਜਗ੍ਹਾ 'ਤੇ ਰੱਖੀਆਂ ਨਾ ਉਹਦੇ ਲਾਗੇ ਕਿਤੇ ਸਤਿਗੁਰਾਂ ਦਾ ਡੇਰਾ ਕਰਵਾ ਦਈਏ, ਕਿਉਂਕਿ ਰਾਜਾ ਇਸ ਪਾਸੇ ਵੱਲ ਆਏਗਾ ਅਤੇ ਨਾਲੇ ਸਤਿਗੁਰਾਂ ਦੇ ਦਰਸ਼ਨ ਦਾਰੇ ਕਰ ਜਾਇਆ ਕਰੇਗਾ। ਆਪਣੇ ਮਨ ਦੀ ਮਰਜ਼ੀ ਅਨੁਸਾਰ ਜਾਂ ਸੋਚ ਵਿਚਾਰ ਸੀ ਨਾ ਇਹਨੇ ਹੱਥ ਜੋੜ ਕੇ ਕਿਹਾ। ਕਹਿੰਦਾ ਸਤਿਗੁਰੂ ਮੇਰੇ ਮਨ ਦੇ ਵਿੱਚ ਇੱਕ ਯੋਗ ਜਗ੍ਹਾ ਜਿਹੜੀ ਹੈ ਨਾ ਉਹ ਆਉਣਾ ਕੀਤੀ ਹੈ ਕਿ ਤੁਸੀਂ ਉਸ ਜਗ੍ਹਾ 'ਤੇ ਬੜੇ ਆਨੰਦ ਦੇ ਨਾਲ ਵਿਰਾਜਦੇ ਰਹੋਗੇ, ਬੜੇ ਸੋਹਣੇ ਢੰਗ ਦੇ ਨਾਲ ਵਿਰਾਜਦੇ ਰਹੋਗੇ, ਜਿਹੜੀ ਕਿ ਮੇਰੇ ਮਨ ਦੇ ਵਿੱਚ ਖਿਆਲਾਤ ਆਏ ਹੈ ਨਾ, ਜੋ ਮੇਰੇ ਮਨ ਦੀ ਮਰਜ਼ੀ ਹੈ ਜਾਂ ਮੇਰੇ ਮਨ ਨੂੰ ਵੀ ਚੰਗੀ ਲੱਗੀ ਹੈ, ਮੈਂ ਸਤਿਗੁਰੂ ਜੀ ਤੁਹਾਨੂੰ ਉਹ ਦੱਸਣੀ ਚਾਹੁੰਦਾ ਹਾਂ। ਤਟ ਜਮਨਾ ਕੇ ਸੁੰਦਰ ਧਰਾ, ਨਿਰਪਜੈ ਸਿੰਘ ਸੁਭ ਡੇਰਾ ਕਰਾਂ,
ਸਕਲ ਤੋਪ ਖਾਨਾ ਤੈ ਰਹੇ ਕਿਤਕ ਚਮੂ ਪੇ ਥਿਰਤਾ ਗਹੇ। ਅਤੇ ਸਤਿਗੁਰ ਜੀ ਮਹਾਰਾਜ ਕਹਿਣ ਲੱਗੇ, ਪ੍ਰਧਾਨ ਜੀ ਦੱਸੋ ਕਿਹੜਾ ਸਥਾਨ ਹੈ ਉਹ ਜਿਹਦੀ ਤੁਸੀਂ ਗੱਲ ਕਰਦੇ ਜੇ। ਅਤੇ ਇਹ ਪ੍ਰਧਾਨ ਫਿਰ ਹੱਥ ਜੋੜ ਕੇ ਕਹਿੰਦਾ ਸਤਿਗੁਰ ਜੀ, ਜਮਨਾ ਦਾ ਤਾਂ ਕਿਨਾਰਾ ਹੈ ਅਤੇ ਬੜਾ ਸੁੰਦਰ ਸਥਾਨ ਹੈ। ਜਮਨਾ ਦਾ ਕਿਨਾਰਾ ਹੈ, ਬੜਾ ਸੁੰਦਰ ਸਥਾਨ ਹੈ, ਜਿੱਥੇ ਕਿ ਰਾਜੇ ਜੈ ਸਿੰਘ ਨੇ ਆਪਣੇ ਡੇਰੇ ਨੂੰ ਟਿਕਾਣਾ ਕੀਤਾ ਹੋਇਆ। ਇਹਦੇ ਕਹਿਣ ਦਾ ਮਤਲਬ ਸੀ ਕਿ ਜਿੱਥੇ ਜੈਪੁਰ ਦੇ ਰਾਜੇ ਜੈ ਸਿੰਘ ਨੇ ਆਪਣੀਆਂ ਫੌਜਾਂ ਦਾ ਉਤਾਰਾ ਕਰਵਾਇਆ ਹੋਇਆ, ਕਿ ਨਗਰੀ ਤੋਂ ਬਾਹਰ ਬਾਹਰ ਹੀ ਫੌਜਾਂ ਠੀਕ ਰਹਿੰਦੀਆਂ, ਕਿਉਂਕਿ ਨਗਰੀ ਦੇ ਵਿੱਚ ਫੌਜ ਦਾ ਉਤਾਰਾ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਨਗਰ ਨਿਵਾਸੀਆਂ ਨੂੰ ਬੜੀਆਂ ਸਾਰੀਆਂ ਦਿੱਕਤਾਂ ਆਉਂਦੀਆਂ, ਬਹੁਤ ਦਿੱਕਤਾਂ ਆਉਂਦੀਆਂ। ਇਸ ਵਾਸਤੇ ਇਹ ਦੂਤ ਦੱਸਦਾ, ਕਹਿੰਦਾ ਕਿ ਸਤਿਗੁਰੂ ਜੀ, ਜਮਨਾ ਦਾ ਕਿਨਾਰਾ ਹੈ, ਬੜਾ ਸੁੰਦਰ ਸਥਾਨ ਹੈ, ਜਿੱਥੇ ਕਿ ਰਾਜੇ ਨੇ ਆਪਣੀਆਂ ਫੌਜਾਂ ਦਾ ਟਿਕਾਣਾ ਕਰਵਾਇਆ ਹੋਇਆ। ਸਾਰਾ ਤੋਪਖਾਨਾ ਉਸ ਜਗ੍ਹਾ 'ਤੇ ਰੱਖਣਾ ਕੀਤਾ ਹੋਇਆ ਜਿੱਥੇ ਫੌਜ ਦਾ ਉਤਾਰਾ ਕਰਵਾਇਆ। ਉੱਥੇ ਫੌਜ ਦਾ ਸਾਜੋ ਸਮਾਨ, ਅਸਲਾ ਵਗੈਰਾ ਸਭ ਕੁਛ ਉੱਥੇ ਰੱਖਣਾ ਕੀਤਾ ਹੋਇਆ ਹੈ। ਅਤੇ ਕਾਫੀ ਫੌਜਾਂ ਫਿਰ ਉਸ ਜਗ੍ਹਾ 'ਤੇ ਠਹਿਰਦੀਆਂ, ਕਾਫੀ ਫੌਜਾਂ ਫਿਰ ਉਸ ਜਗ੍ਹਾ 'ਤੇ ਠਹਿਰਦੀਆਂ ਅਤੇ ਹਰ ਪਾਸੇ ਤੋਂ ਉਹ ਧਿਆਨ ਵੀ ਰੱਖਣਾ ਕਰਦੀਆਂ ਹਨ। ਜੇ ਰਾਵਰ ਕੇ ਆਏ ਪਸੰਦ, ਕਰੋ ਬਲੋਕਣ ਲਹੋ ਆਨੰਦ, ਪੁਰਕੀ ਦਿਸ਼ ਦਰਸ਼ਨ ਮੈਂ ਜਾਨੋ, ਕਰੋ ਪ੍ਰਥਮੀ ਤਹਾਂ ਪਿਆਨੋ। ਕਿ ਸਤਿਗੁਰੂ ਜੀ, ਜੇ ਆਪ ਜੀ ਦੇ ਪਸੰਦ ਆ ਜਾਵੇ, ਜੇ ਤੁਹਾਡੇ ਮਨ ਨੂੰ ਉਹ ਜਗ੍ਹਾ ਭਾ ਜਾਵੇ ਅਤੇ ਉਸ ਸਥਾਨ ਨੂੰ ਦੇਖੋ ਅਤੇ ਉਸ ਜਗ੍ਹਾ 'ਤੇ ਡੇਰਾ ਕਰਕੇ ਅਤੇ ਆਨੰਦ ਲੈਣਾ ਕਰੋ। ਸਤਿਗੁਰੂ ਜੀ, ਜੋ ਕੁਛ ਮੈਂ ਤੁਹਾਨੂੰ ਕਹਿ ਰਿਹਾ ਨਾ, ਪਰ ਤੁਸੀਂ ਆਪਣੀ ਪਸੰਦ ਦੀ ਜਗ੍ਹਾ ਨੂੰ ਦੇਖ ਲਵੋ, ਉਸ ਜਗ੍ਹਾ ਨੂੰ ਜਾ ਕੇ ਝਾਤੀ ਮਾਰ ਲਵੋ। ਜੇ ਉਹ ਜਗ੍ਹਾ ਤੁਹਾਡੇ ਪਸੰਦ ਹੋਵੇ ਨਾ, ਤਾਂ ਤੁਸੀਂ ਉੱਥੇ ਹੀ ਆਨੰਦ ਲੈਣਾ ਕਰੋ, ਉੱਥੇ ਹੀ ਆਪਣਾ ਡੇਰਾ ਜਮਾ ਲਵੋ। ਅਤੇ ਨਾਲ ਹੀ ਕਹਿਣ ਲੱਗਾ, ਸਤਿਗੁਰੂ ਜੀ, ਦਿੱਲੀ ਨਗਰੀ ਦੇ ਦੱਖਣ ਵਾਲੇ ਪਾਸੇ ਇਹ ਰਾਜੇ ਦੀ ਫੌਜ ਦਾ ਡੇਰਾ ਹੈ, ਜਿੱਥੇ ਕਿ ਟਿਕਾਣਾ ਕਰਵਾਇਆ ਹੋਇਆ। ਪਹਿਲਾਂ ਤੁਸੀਂ ਇਹ ਦੱਖਣ ਵਾਲੇ ਪਾਸੇ ਵੱਲ ਜਾ ਕੇ ਅਤੇ ਉਸ ਜਗ੍ਹਾ ਦੀ ਪਛਾਣ ਕਰ ਲਵੋ। ਸਤਿਗੁਰ ਸੁਣ ਕਰ ਤਿਸ ਤੇ ਮਾਨੀ, ਗਮਨੋ ਤਹਾਂ ਕਈ ਮੁਖ ਬਾਨੀ, ਇਸ ਵਿਦ ਕਹਿ ਸੁਨਤ ਮਗ ਚਾਲੇ, ਹੇਤ ਬਲੋਕਨ ਕੋਥਲ ਭਾਲੇ। ਹੁਣ ਜਦੋਂ ਬੜੇ ਪਿਆਰ ਦੇ ਨਾਲ ਨਾ ਇਸ ਦੂਤ ਨੇ ਕਿਹਾ, ਅਤੇ ਸਤਿਗੁਰਾਂ ਨੇ ਇਹਦੀ ਕਹੀ ਹੋਈ ਗੱਲ ਜਿਹੜੀ ਪ੍ਰਵਾਨ ਕਰ ਲਈ ਹੈ, ਮੰਨ ਲਈ। ਕਹਿਣ ਦਾ ਭਾਵ ਕਿ ਜਿਵੇਂ ਇਸ ਪ੍ਰਧਾਨ ਨੇ, ਇਸ ਦੂਤ ਨੇ ਕਿਹਾ ਨਾ, ਸਤਿਗੁਰਾਂ ਨੇ ਉਹ ਪ੍ਰਵਾਨ ਕਰ ਲਿਆ। ਅਤੇ ਨਾ ਕਹਿਣ ਲੱਗੇ ਗੁਰਸਿੱਖਾਂ ਨੂੰ ਕਿ ਚਲੋ ਭਾਈ, ਜਿੱਧਰ ਰਾਜੇ ਦਾ ਪ੍ਰਧਾਨ ਕਹਿੰਦਾ ਉਸ ਪਾਸੇ ਵੱਲ ਨਹੀਂ ਚੱਲੋ, ਜਿੱਧਰ ਰਾਜੇ ਦਾ ਪ੍ਰਧਾਨ ਕਹਿੰਦਾ ਫਿਰ ਉਸ ਪਾਸੇ ਵੱਲ ਹੀ ਚੱਲਣਾ ਕਰੋ। ਇਸ ਤਰ੍ਹਾਂ ਕਹਿੰਦੇ ਸੁਣਦੇ
ਫਿਰ ਰਾਹੇ ਰਾਹ ਚਲੇ ਜਾ ਰਹੇ ਸੀ ਅਤੇ ਇਸ ਪ੍ਰਧਾਨ ਦੇ ਨਾਲ ਬੜੇ ਸਾਰੇ ਬਚਨ ਬਲਾਸ ਕਰਦੇ ਜਾਂਦੇ ਹੈ, ਬਚਨ ਬਲਾਸ ਕਰਦੇ ਜਾਂਦੇ ਹੈ ਸਥਾਨ ਵੇਖਣ ਵਾਸਤੇ, ਫਿਰ ਇਹਦੀ ਭਾਲ ਕਰਨ ਵਾਸਤੇ, ਇਹਨੂੰ ਦੇਖਣ ਵਾਸਤੇ ਸਤਿਗੁਰੂ ਜੀ ਪ੍ਰਧਾਨ ਨੂੰ ਸਾਥ ਵਿੱਚ ਲੈ ਕੇ ਤੇ ਜਾ ਰਹੇ ਹਨ। ਬਹੁ ਮਾਨਵ ਸਭ ਚਲਤ ਪਛਾਰੀ, ਆਏ ਤਹਾਂ ਤਬ ਧਰਾ ਨਿਹਾਰੀ, ਤੋਪਾ ਬ੍ਰਿੰਦ ਖਰੀ ਨਿਰਪਕੇਰੀ, ਨਿਕਟ ਤਨੋਹ ਕੇ ਚਮੂ ਬਡੇਰੀ। ਕਿ ਸਤਿਗੁਰੂ ਜੀ ਮਹਾਰਾਜ ਅੱਗੇ ਅੱਗੇ ਜਾ ਰਹੇ ਸੀ, ਬੜੀਆਂ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਿੱਛੇ ਪਿੱਛੇ ਜਾ ਰਹੀ ਹੈ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਗੇ ਅੱਗੇ ਜਾ ਰਹੇ ਹੈ ਅਤੇ ਸੰਗਤਾਂ ਜਿਹੜੀਆਂ ਉਹ ਬੜੀਆਂ ਵੱਡੀ ਗਿਣਤੀ ਵਿੱਚ ਪਿੱਛੇ ਪਿੱਛੇ ਜਾ ਰਹੀ ਹੈ ਅਤੇ ਇਸ ਜਗ੍ਹਾ 'ਤੇ ਪਹੁੰਚ ਕੇ ਅਤੇ ਸਤਿਗੁਰਾਂ ਨੇ ਇਸ ਸਥਾਨ ਨੂੰ ਦੇਖਿਆ ਜਿਹੜਾ ਇਹ ਪ੍ਰਧਾਨ ਨੇ ਦੱਸਿਆ ਸੀ ਨਾ ਗੁਰੂ ਪਿਆਰ ਵਾਲਿਓ। ਇਸ ਸਥਾਨ ਨੂੰ ਜਾ ਕੇ ਜਦੋਂ ਸਤਿਗੁਰਾਂ ਨੇ ਦੇਖਿਆ ਕਿ ਦੇਖਦੇ ਆ ਕਿ ਇੱਥੇ ਰਾਜੇ ਦੀਆਂ ਬਹੁਤ ਸਾਰਾ ਤੋਪਖਾਨਾ ਹੈ, ਬੜਾ ਸਾਰਾ ਅਸਲਾ ਰਾਜੇ ਨੇ ਇੱਧਰ ਇਕਾਂਤ ਵਿੱਚ ਰੱਖਣਾ ਕੀਤਾ ਹੋਇਆ ਹੈ ਅਤੇ ਇਹਨਾਂ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਰਾਜੇ ਦੀ ਫੌਜ ਰਹਿੰਦੀ ਹੈ। ਇਹਨਾਂ ਤੋਪਾਂ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਰਾਜੇ ਦੀ ਫੌਜ ਰਹਿੰਦੀ ਹੈ ਅਤੇ ਸਦਾ ਚੁਕੰਨੇ ਹੋ ਕਰਕੇ ਰਹਿਣਾ ਕਰਦੇ ਹਨ। ਤਿੰਨ ਤੇ ਪਰੇ ਥਾਨ ਸਭ ਹੇਰੇ, ਕਰੋ ਬਲੋਕਣ ਲਏ ਕਡੇਰੇ, ਹਰਖਤ ਹੋਏ ਗੁਰਬਾਕ ਉਚਾਰਾ, ਇਸ ਥਲ ਉਤਰੈ ਸਿਵਰ ਹਮਾਰਾ। ਕਿ ਸਤਿਗੁਰਾਂ ਨੇ ਨਾ ਇਸ ਜਗ੍ਹਾ ਤੋਂ ਥੋੜ੍ਹਾ ਜਿਹਾ ਪਰੇ ਹੋ ਕੇ ਅਤੇ ਸਥਾਨ ਦੇਖਣਾ ਕੀਤਾ ਆਪਣਾ ਡੇਰਾ ਕਰਨ ਵਾਸਤੇ, ਥੋੜ੍ਹਾ ਜਿਹਾ ਹਟਵਾਂ ਕਹਿ ਲਓ ਕਿ ਸਤਿਗੁਰਾਂ ਨੇ ਸਥਾਨ ਦੇਖ ਕੇ ਅਤੇ ਡੇਰਾ ਕਰਨ ਦੀ ਮਰਜ਼ੀ ਬਣਾਉਣਾ ਕੀਤੀ ਹੈ, ਮਨ ਦੀ ਇਹ ਚਾਹਣਾ ਪ੍ਰਗਟ ਕੀਤੀ ਹੈ ਕਿ ਇਸ ਜਗ੍ਹਾ ਨੂੰ ਸਤਿਗੁਰਾਂ ਨੇ ਪਸੰਦ ਕਰ ਲਿਆ। ਹੁਣ ਜਦੋਂ ਇਹ ਦੇਖ ਕੇ ਸਤਿਗੁਰੂ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਅਤੇ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਕਹਿ ਦਿੱਤਾ, ਕਹਿਣ ਲੱਗੇ ਭਾਈ ਇਹ ਜਗ੍ਹਾ ਬਿਲਕੁਲ ਠੀਕ ਹੈ, ਪ੍ਰਧਾਨ ਨੇ ਜਿਹੜੀ ਜਗ੍ਹਾ ਦੱਸੀ ਹੈ ਨਾ ਬਿਲਕੁਲ ਬੜੀ ਸੋਹਣੀ ਅਤੇ ਮੌਕੇ ਦੀ ਜਗ੍ਹਾ ਜਿਹੜੀ ਦਰਸਾਉਣਾ ਕੀਤੀ ਹੈ, ਇਸ ਵਾਸਤੇ ਹੁਣ ਤੁਸੀਂ ਇਸ ਜਗ੍ਹਾ 'ਤੇ ਡੇਰੇ ਜਮਾ ਲਵੋ। ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਬਈ ਇਸ ਜਗ੍ਹਾ 'ਤੇ ਤੰਬੂ ਸ਼ਮਿਆਨੇ ਤਾਨ ਲੈ ਜਾਣ ਅਤੇ ਇਸ ਜਗ੍ਹਾ 'ਤੇ ਆਪਣਾ ਹੁਣ ਡੇਰਾ ਪੱਕਾ ਕੀਤਾ ਜਾਏਗਾ। ਅਤੇ ਨਾਲ ਹੀ ਸਤਿਗੁਰੂ ਜੀ ਮਹਾਰਾਜ ਅੱਗੇ ਕਹਿੰਦੇ ਹੈ, ਕਹਿ ਸਿਵਕਾ ਤੈ ਠਾਂ ਉਤਰ ਆਈ, ਖਰੇ ਹੋਏ ਹੇਰੇ ਸਭ ਜਾਈ। ਸਤਿਗੁਰੂ ਜੀ ਮਹਾਰਾਜ ਨੇ ਕਹਿ ਕੇ ਇੱਥੇ ਆਪਣੀ ਪਾਲਕੀ ਉਤਰਵਾਣਾ ਕੀਤੀ ਹੈ ਅਤੇ ਪਾਲਕੀ ਤੋਂ ਉਤਰ ਕੇ ਖੜ੍ਹੇ ਹੋ ਕੇ ਅਤੇ ਇਸ ਸਾਰੀ ਜਗ੍ਹਾ ਦੀ ਨਿਸ਼ਾਨਦੇਹੀ ਕਰਨਾ ਕੀਤੀ ਹੈ, ਜਿੱਥੇ ਕਿ ਜਮਨਾ ਦਾ ਕਾਲੇ ਰੰਗ ਦਾ ਪਾਣੀ ਵਹਿ ਰਿਹਾ ਸੀ ਨਾ, ਜਮਨਾ ਦਾ ਕਾਲੇ ਰੰਗ ਦਾ ਪਾਣੀ ਵਹਿ ਰਿਹਾ ਸੀ ਜਿਹੜਾ ਜਲ ਮਨੁੱਖ ਨੂੰ ਪਵਿੱਤਰ ਕਰਦਾ, ਜਿਹਦੇ ਵਿੱਚ ਕਿ ਜਿਹੜੇ ਪਾਪੀਆਂ ਨੇ ਇਸ਼ਨਾਨ ਕੀਤਾ ਉਹ ਪਵਿੱਤਰ ਹੋ ਗਏ, ਰਹਿਮਤਾਂ ਵਰਤਾਉਣ ਵਾਲਾ ਹੈ,
ਹੁਣ ਸਤਿਗੁਰਾਂ ਨੇ ਇਸ ਜਗ੍ਹਾ 'ਤੇ ਆਪਣਾ ਡੇਰਾ ਸਿੱਖਾਂ ਨੂੰ ਕਹਿ ਕੇ ਦਿਲਵਾਣਾ ਕੀਤਾ ਅਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਜਮਨਾ ਦਾ ਜਲ ਪਾਪੀਆਂ ਦੇ ਪਾਪ ਨਾਸ ਕਰਦਾ ਹੈ ਅਤੇ ਸੁੱਖ ਦੇਣ ਵਾਲਾ ਹੈ, ਬੜਾ ਉੱਤਮ ਅਤੇ ਬੜਾ ਮਹਾਨ ਹੈ। ਜਿਹੜੇ ਮਨ ਬਿਰਤੇ ਇਕਾਗਰ ਕਰਕੇ ਸ਼ਰਧਾ ਬਣਾ ਕੇ ਇਹਦੇ ਵਿੱਚ ਇਸ਼ਨਾਨ ਕਰਦੇ ਹੈ ਉਹਨਾਂ ਦੇ ਪਾਪ ਨਸ਼ਟ ਹੁੰਦੇ ਹੈ ਅਤੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਸ ਕੇ ਤੀਰ ਧੀਰ ਸਭ ਜਾਈ ਖਰੀ ਦੂਰਬਾ ਅਵਣੀ ਛਾਈ ਤਾਂ ਪ੍ਰਿਅੰਕੜ ਸਾਵਣ ਕੀਨ ਆਸਤਰਨ ਅਤੇ ਸ਼ਾਹ ਸੁਦੀਨ। ਕਿ ਇਹ ਜਮਨਾ ਦੇ ਕੰਢੇ ਕੰਢੇ 'ਤੇ ਬੜਾ ਸਾਰਾ ਖੱਬਲ ਘਾਹ ਜਿਹੜਾ ਖਲੋਤਾ ਹੋਇਆ ਸੀ ਇਹ ਜਮਨਾ ਦੇ ਕੰਢੇ 'ਤੇ। ਇਤਿਹਾਸਕਾਰ ਕਹਿੰਦਾ ਕਿ ਖੱਬਲ ਘਾਹ ਬੜਾ ਸੋਹਣਾ ਖਲੋਤਾ ਹੋਇਆ ਸੀ। ਇੱਦਾਂ ਹੀ ਕਹਿ ਲਓ ਕਿ ਜਿਵੇਂ ਬੜੀ ਸੁੰਦਰ ਇੱਥੇ ਵਿਛਾਈ ਕੀਤੀ ਹੋਈ ਹੈ, ਗਲੀਚੇ ਚਾਦਰਾਂ ਦੀ ਵਿਛਾਈ ਕੀਤੀ ਹੋਈ ਹੈ। ਸਤਿਗੁਰਾਂ ਨੇ ਫਿਰ ਗੁਰਸਿੱਖਾਂ ਨੂੰ ਕਹਿ ਕੇ ਇੱਥੇ ਆਪਣਾ ਪਲੰਘ ਢਵਾਇਆ ਅਤੇ ਨਾਲ ਹੀ ਸਤਿਗੁਰਾਂ ਨੇ ਕਿਹਾ ਭਾਈ ਦਰੀਆਂ ਗਲੀਚੇ ਇੱਥੇ ਵਿਛਾ ਕੇ ਅਤੇ ਸੁੰਦਰ ਵਿਛਾਈ ਕਰ ਦਿੱਤੀ ਜਾਏ, ਇਸ ਖੱਬਲ ਨੂੰ ਢੱਕ ਦਿੱਤਾ ਜਾਏ ਅਤੇ ਸੋਹਣਾ ਇਸ ਸਥਾਨ ਨੂੰ ਸਵਾਰ ਕੇ ਸੋਹਣੇ ਤਰੀਕੇ ਦੇ ਨਾਲ ਤੇ ਬਣਾ ਦਿੱਤਾ ਜਾਏ। ਦਾਸਨ ਸਾਧ ਕਹੋ ਤਤਕਾਲਾ ਆਪਣੋ ਜੋ ਸਮਾਜ ਹੈ ਜ਼ਿਆਦਾ ਦੇ ਆਵੋ ਤੁਮ ਸਭ ਹੀ ਜਾਏ ਸ਼ਮਿਆਨਾ ਅਬ ਦਿਹੋ ਲਗਾਏ। ਅਤੇ ਨਾਲ ਹੀ ਕੁਛ ਕੁ ਸੇਵਕਾਂ ਨੂੰ ਸਤਿਗੁਰਾਂ ਨੇ ਇਹ ਹੁਕਮ ਕੀਤਾ, ਕਹਿਣ ਲੱਗੇ ਬਈ ਕੁਛ ਗੁਰਸਿੱਖ ਜਾਓ ਜਾ ਕਰਕੇ ਬਾਕੀ ਦੇ ਸਾਰੇ ਡੇਰੇ ਨੂੰ ਇੱਥੇ ਹੁਣ ਲੈ ਕਰਕੇ ਆਉਣਾ ਕਰੋ, ਕਿਉਂਕਿ ਮਾਤਾ ਜੀ ਵੀ ਹਾਲੇ ਪਿੱਛੇ ਸੀ, ਬਾਕੀ ਹੋਰ ਸਿੱਖ ਸਮਾਜ ਪਿੱਛੇ ਸੀ ਅਤੇ ਸਤਿਗੁਰਾਂ ਦੇ ਡੇਰੇ ਦਾ ਸਾਜੋ ਸਮਾਨ ਵੀ ਬਹੁਤ ਸਾਰਾ ਪਿੱਛੇ ਸੀ। ਕੁਛ ਸਿੱਖਾਂ ਨੂੰ ਸਤਿਗੁਰਾਂ ਨੇ ਭੇਜਿਆ ਕਿ ਜਾਓ ਬਈ ਜਿਹੜਾ ਆਪਣਾ ਸਾਜੋ ਸਮਾਨ ਜਾਂ ਹੋਰ ਪ੍ਰਾਣੀ ਪਿੱਛੇ ਰਹਿ ਗਏ ਹੈ ਸਤਿਕਾਰਯੋਗ ਮਾਤਾ ਜੀ ਨੂੰ ਵੀ ਫਿਰ ਇਸ ਪਾਸੇ ਵੱਲ ਤੁਸਾਂ ਨੇ ਲੈ ਕਰਕੇ ਆਉਣਾ ਅਤੇ ਕਹਿਣਾ ਕਿ ਸਤਿਗੁਰਾਂ ਨੇ ਉਸ ਜਗ੍ਹਾ 'ਤੇ ਕਾਂਤ ਵਿੱਚ ਡੇਰਾ ਕੀਤਾ ਅਤੇ ਉਸ ਜਗ੍ਹਾ 'ਤੇ ਤੰਬੂ ਸ਼ਮਿਆਨੇ ਤਾਣ ਦਿੱਤੇ ਗਏ ਹੈ। ਸਤਿਗੁਰਾਂ ਦੇ ਕਹਿਣ ਦਾ ਮਤਲਬ ਸੀ ਕਿ ਜੇ ਮਾਤਾ ਜੀ ਪੁੱਛਣ ਅਤੇ ਉਹਨਾਂ ਨੂੰ ਸਮਝਾ ਦਿਓ ਕਿ ਸਤਿਗੁਰਾਂ ਨੇ ਸੋਹਣਾ ਸਥਾਨ ਦੇਖ ਕੇ ਉੱਥੇ ਹਰ ਪੱਖ ਤੋਂ ਤਿਆਰੀ ਕਰਵਾਈ ਹੈ, ਕਿਸੇ ਤਰ੍ਹਾਂ ਦੀ ਦਿੱਕਤ ਨਹੀਂ, ਕਿਸੇ ਤਰ੍ਹਾਂ ਦੀ ਦਿੱਕਤ ਨਹੀਂ। ਇੱਦਾਂ ਕਹਿ ਲਓ ਕਿ ਜਿਵੇਂ ਰਾਜੇ ਦੇ ਮਹਿਲਾਂ ਵਿੱਚ ਆਨੰਦ ਬਣਿਆ ਸੀ ਉਸੇ ਤਰ੍ਹਾਂ ਹੀ ਇੱਥੇ ਵੀ ਬੜਾ ਵੱਡਾ ਆਨੰਦ ਬਣਿਆ ਰਹੇਗਾ। ਜਾਨੀ ਜਾਨ ਸਤਿਗੁਰੂ ਜੀ ਮਹਾਰਾਜ ਜਾਣਦੇ ਸੀ ਕਿ ਮਾਤਾ ਜੀ ਫਿਕਰ ਕਰਨਗੇ, ਫਿਕਰ ਕਰਕੇ ਤਾਂ ਕਹਿਣਗੇ ਵੀ, ਅਤੇ ਇਸੇ ਵਾਸਤੇ ਸਤਿਗੁਰਾਂ ਨੇ ਸਮਝਾ ਦਿੱਤਾ ਕਿ ਤੁਸੀਂ ਮਾਤਾ ਜੀ ਨੂੰ ਦਰਾਸਾ ਦੇ ਕੇ ਸਮਝਾ ਦਿਓ ਅਤੇ ਸਾਰਾ ਸਾਜੋ ਸਮਾਨ ਲੈ ਕੇ ਨਾਲ ਇਸ ਪਾਸੇ ਵੱਲ ਆਉਣਾ ਕਰੋ। ਸੁਣਿਆ ਗਿਆ ਦਾਸਨ ਤਿਮ ਕਰ ਟਿਗ ਪ੍ਰਧਾਨ ਹੋ ਤੋ ਜੋ ਖਰ ਸ੍ਰੀ ਮੁਖ ਤੇ ਫਰ ਵਾਵਨ ਕੀਨਾ ਮੈਂ ਮਾਲਕ ਮੈਂ ਪਾਲਕ ਸੰਗ ਕਹੋ ਪਰਵੀਨਾ। ਹੁਣ ਸਤਿਗੁਰੂ ਜੀ ਮਹਾਰਾਜ ਦਾ ਹੁਕਮ ਸੁਣ ਕਰਕੇ ਨਾ ਜਿਹੜੇ ਦਾਸਾਂ ਦੀ ਡਿਊਟੀ ਲੱਗੀ ਸੀ ਉਹਨਾਂ ਸਾਰਿਆਂ ਨੇ
ਫਿਰ ਰਾਜੇ ਦੇ ਮਹਿਲਾਂ ਵੱਲੇ ਜਾਣਾ ਕੀਤਾ, ਜਿੱਥੇ ਕਿ ਪਹਿਲੋਂ ਸਤਿਗੁਰਾਂ ਦਾ ਡੇਰਾ ਸੀ। ਸਾਰੇ ਉਸ ਜਗ੍ਹਾ 'ਤੇ ਗਏ ਅਤੇ ਜਾ ਕਰਕੇ ਫਿਰ ਸਾਰੇ ਪਰਿਵਾਰ ਨੂੰ ਸਤਿਗੁਰਾਂ ਦਾ ਹੁਕਮ ਸੁਣਾਉਣਾ ਕੀਤਾ। ਥਲ ਪਸੰਦ ਹਮਰੇ ਇਹ ਆਵਾ, ਸਰਵ ਸਿਵ ਕੋ ਚਹੇ ਲਗਾਵਾ, ਅੰਤਰ ਹੁਤੋ ਥਾਨ ਤੁਮ ਜੈਸਾ, ਇਹ ਪੀਲਾ ਖੋ ਆਪਣੋ ਤੈਸਾ। ਜਿੱਥੇ ਹੁਣ ਸਤਿਗੁਰੂ ਜੀ ਮਹਾਰਾਜ ਦੇ ਸਿੱਖ ਗਏ ਹੈ ਨਾ ਸਾਜੋ ਸਮਾਨ ਲੈਣ ਵਾਸਤੇ, ਉੱਥੇ ਹੁਣ ਸਤਿਗੁਰਾਂ ਨੇ ਰਾਜੇ ਦੇ ਪ੍ਰਧਾਨ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਜਾਓ, ਜਾ ਕਰਕੇ ਆਪਣੇ ਰਾਜੇ ਨੂੰ ਵੀ ਇਹ ਕਹਿ ਦਿਓ ਕਿ ਸਤਿਗੁਰਾਂ ਨੂੰ ਉਸ ਜਗ੍ਹਾ ਪਸੰਦ ਆਉਣਾ ਕੀਤੀ ਹੈ ਅਤੇ ਸਤਿਗੁਰੂ ਜੀ ਉੱਥੇ ਡੇਰਾ ਕਰਨਾ ਚਾਹੁੰਦੇ ਹੈ। ਅਗਰ ਜੇ ਉਹ ਪੁੱਛਣ ਤਾਂ ਅਸੀਂ ਉਹਨਾਂ ਉੱਤੇ ਬੜੇ ਪ੍ਰਸੰਨ ਹਾਂ, ਕਿਸੇ ਤਰ੍ਹਾਂ ਦੀ ਸੇਵਾ ਵਿੱਚ ਉਹਨਾਂ ਦੀ ਘਾਟ ਨਹੀਂ ਸੀ ਅਤੇ ਨਾ ਹੀ ਕਿਸੇ ਵੱਲੋਂ ਫਜ਼ੂਲ ਵਿੱਚ ਬੋਲਿਆ ਗਿਆ। ਅਸੀਂ ਤਾਂ ਆਪਣੀ ਮਰਜ਼ੀ ਅਨੁਸਾਰ ਹੀ ਹੁਣ ਇੱਥੇ ਇਕਾਂਤ ਵਿੱਚ ਰਹਿਣਾ ਚਾਹੁੰਦੇ ਸੀ, ਕਿਉਂਕਿ ਗੁਰੂ ਪਿਆਰੀ ਸਾਧ ਸਿੰਘ ਜੀ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਣਾ ਪਰਲੋਕ ਗਮਨ ਲਾਗੇ ਜਾਣ ਕਰਕੇ ਇਸ ਜਗ੍ਹਾ 'ਤੇ ਫਿਰ ਡੇਰਾ ਕੀਤਾ ਸੀ। ਪਰਲੋਕ ਗਮਨ ਲਾਗੇ ਜਾਣ ਕਰਕੇ ਨਾ ਇੱਥੇ ਡੇਰਾ ਕੀਤਾ ਸੀ, ਇਸ ਧਰਤੀ ਨੂੰ ਭਾਗ ਲਗਾਉਣਾ ਚਾਹੁੰਦੇ ਸੀ। ਹੁਣ ਸਤਿਗੁਰਾਂ ਨੇ ਪ੍ਰਧਾਨ ਨੂੰ ਕਹਿ ਦਿੱਤਾ ਕਿ ਤੁਸੀਂ ਰਾਜੇ ਨੂੰ ਜਾ ਕਰਕੇ ਕਹੋ ਕਿ ਸਤਿਗੁਰਾਂ ਨੂੰ ਉਹ ਜਗ੍ਹਾ ਜਿਹੜੀ ਦੱਸੀ ਸੀ ਪਸੰਦ ਆਉਣਾ ਕੀਤੀ ਹੈ, ਅਤੇ ਸਤਿਗੁਰੂ ਜੀ ਹੁਣ ਉਸ ਜਗ੍ਹਾ 'ਤੇ ਆਪਣਾ ਡੇਰਾ ਲਵਾਉਣਾ ਚਾਹੁੰਦੇ ਹੈ। ਅੰਦਰ ਜਿਵੇਂ ਤੁਹਾਡਾ ਸਥਾਨ ਸੀ ਨਾ, ਸਮਝੋ ਉਸੇ ਤਰ੍ਹਾਂ ਹੀ ਉਹ ਵੀ ਸਥਾਨ ਹੈ। ਕਿ ਉੱਦਾਂ ਦੀ ਹੈ ਕਹਿਣ ਦਾ ਭਾਵ ਕਿ ਜਿਵੇਂ ਅਸੀਂ ਆਨੰਦ ਦੇ ਨਾਲ ਤੁਹਾਡੇ ਇਸ ਅੰਦਰਲੇ ਸਥਾਨ ਵਿੱਚ ਰਹਿੰਦੇ ਸੀ, ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਸੀ, ਉਸੇ ਤਰ੍ਹਾਂ ਦਾ ਹੀ ਸਥਾਨ ਉਹ ਹੈ, ਉੱਥੇ ਵੀ ਕੋਈ ਰੁਕਾਵਟ ਨਹੀਂ ਹੋਏਗੀ, ਅਸੀਂ ਬੜੇ ਆਨੰਦ ਦੇ ਨਾਲ ਇੱਥੇ ਰਹਿਣਾ ਕਰਾਂਗੇ। ਹਮ ਦਿਸਤੇ ਨੈ ਕਰੋ ਆਦੇਸ਼ਾ, ਜਮਨਾ ਤੜ ਰਮਨ ਏਕ ਵਿਸ਼ੇਸ਼ਾ, ਸੁਨ ਪ੍ਰਧਾਨ ਜਾਨ ਕਿਆ ਡੇਰਾ, ਬੰਧਨ ਕਰ ਗਮਨੋ ਤਿਸ ਬੇਰਾ। ਕਿ ਸਾਡੇ ਵੱਲੋਂ ਪ੍ਰਧਾਨ ਜੀ ਜਾ ਕਰਕੇ ਤੁਸੀਂ ਆਪਣੇ ਰਾਜੇ ਨੂੰ ਇਹ ਸੰਦੇਸ਼ਾ ਦੇਣਾ ਕਰੋ, ਇਹ ਆਦੇਸ਼ ਦੇਣਾ ਕਰ ਦਿਓ ਕਿ ਜਮਨਾ ਦਾ ਕਿਨਾਰਾ ਜਿਹੜਾ ਹੈ ਬੜਾ ਰਮਣੀਕ ਹੈ ਅਤੇ ਅਸੀਂ ਇਸ ਜਗ੍ਹਾ 'ਤੇ ਆਪਣੀ ਮਨਪਸੰਦੀ ਦੀ ਜਗ੍ਹਾ ਨੂੰ ਦੇਖ ਕੇ ਅਤੇ ਡੇਰਾ ਲਾ ਲਿਆ ਅਤੇ ਹੁਣ ਅਸੀਂ ਇੱਥੇ ਡੇਰਾ ਰੱਖਣਾ ਕਰਾਂਗੇ। ਹੁਣ ਜਦੋਂ ਸਤਿਗੁਰਾਂ ਨੇ ਇਹ ਹੁਕਮ ਕੀਤਾ ਰਾਜੇ ਦੇ ਪ੍ਰਧਾਨ ਨੂੰ, ਦੂਤ ਨੂੰ, ਇਹ ਸੱਤ ਬਚਨ ਦਾ ਅਧਿਕਾਰੀ ਹੋ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ 'ਤੇ ਇਹ ਵੀ ਰਾਜੇ ਵਾਲੇ ਪਾਸੇ ਚਲਾ ਗਿਆ ਕਿ ਜਾ ਕੇ ਹੁਣ ਸਾਰੀ ਵਿਥਿਆ ਸਾਰੀ ਕਹਾੜੇ ਰਾਜੇ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਆਪ ਅਰਦਾਸ ਵਾਸਤੇ ਦੇ ਲੈ ਵੀ ਗਏ ਤੁਰਤ ਮਾਤਾ ਸ਼ੁੱਧ ਦੈ ਵੀ ਕਹੋ ਜਾਏ ਬਾਰ ਕਿਆ ਡੇਰਾ, ਆਏ ਲੈਣ ਸਮਾਜ ਬਡੇਰਾ। ਅਤੇ ਦੂਸਰੇ ਪਾਸੇ ਜਿਹੜੇ ਸਤਿਗੁਰਾਂ ਨੇ ਆਪਣੇ ਸਿੱਖ ਸੇਵਕ ਭੇਜੇ ਸਨ ਉਹਨਾਂ ਨੇ ਪਹੁੰਚ ਕਰਕੇ ਅਤੇ ਮਾਤਾ ਜੀ ਨੂੰ ਸਾਰੀ ਖਬਰਸਾਰ ਦੇਣਾ ਕੀਤੀ ਹੈ। ਸਤਿਗੁਰਾਂ ਦੇ ਗੁਰਸਿੱਖਾਂ ਨੇ ਸਾਰੀ ਖਬਰਸਾਰ ਮਾਤਾ ਨੂੰ ਦਿੱਤੀ ਕਿ ਮਾਤਾ ਜੀ, ਸਤਿਗੁਰੂ ਜੀ ਮਹਾਰਾਜ ਜਮਨਾ ਦੇ ਕਿਨਾਰੇ 'ਤੇ ਡੇਰਾ ਜਿਹੜਾ
ਕਰਨਾ ਪਸੰਦ ਕਰ ਲਿਆ ਅਤੇ ਸਤਿਗੁਰਾਂ ਨੇ ਹੁਣ ਸਾਨੂੰ ਭੇਜਿਆ, ਅਸੀਂ ਤੁਹਾਨੂੰ ਅਤੇ ਸਾਰਾ ਸਾਜੋ ਸਮਾਨ ਲੈਣ ਵਾਸਤੇ ਆਏ ਹਾਂ। ਅਤੇ ਸਤਿਗੁਰਾਂ ਨੇ ਇਹ ਵੀ ਵਚਨ ਕੀਤੇ ਹੈ ਕਿ ਜਿਸ ਤਰ੍ਹਾਂ ਅਸੀਂ ਆਨੰਦ ਦੇ ਨਾਲ ਰਾਜੇ ਦੇ ਮਹਿਲਾਂ ਵਿੱਚ ਰਹਿੰਦੇ ਸੀ, ਉਸੇ ਤਰ੍ਹਾਂ ਦੀ ਇਹ ਜਗ੍ਹਾ ਅਸੀਂ ਭਾਲੀ ਹੈ ਕਿ ਉਸੇ ਤਰ੍ਹਾਂ ਹੀ ਆਨੰਦ ਦੇ ਨਾਲ ਅਸੀਂ ਇੱਥੇ ਰਹਿਣਾ ਕਰਾਂਗੇ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਹੋਏਗੀ। ਜਦੋਂ ਹੁਣ ਜਾ ਕਰਕੇ ਇਹ ਦੱਸਿਆ ਨਾ ਕਿ ਉਹਨਾਂ ਨੇ ਡੇਰਾ ਕਰ ਲਿਆ ਅਤੇ ਮਾਤਾ ਜੀ ਅਸੀਂ ਸਾਜੋ ਸਮਾਨ ਅਤੇ ਤੁਹਾਨੂੰ ਸਭ ਕੁਛ ਲੈਣ ਵਾਸਤੇ ਆਏ ਹਾਂ, ਅਤੇ ਮਾਤਾ ਜੀ ਆਪਣੇ ਪੁੱਤਰ ਜੀ ਦੀਆਂ ਇਹ ਹੁਕਮ ਨੂੰ ਸੁਣ ਕਰਕੇ ਜਾਂ ਇਹ ਸਾਰੀ ਕਹਾਣੀ ਨੂੰ ਸੁਣ ਕਰਕੇ ਨਾ ਮਾਤਾ ਜੀ ਫਿਰ ਸਾਰਾ ਸਾਜੋ ਸਮਾਨ ਆਪਣਾ ਸੰਭਾਲਣ ਲੱਗੇ ਹੈ ਕਿ ਬਈ ਹੁਣ ਜਾਣਾ ਪੈਣਾ, ਸਾਰੇ ਸਮਾਨ ਨੂੰ ਸੰਭਾਲਣਾ ਲੱਗੇ ਹੈ, ਸਭ ਤੰਬੂਆਂ ਨਾਲ ਲਦਵਾ ਕੇ ਅਤੇ ਜਿਤਨਾ ਵੀ ਸਾਜੋ ਸਮਾਨ ਸੀ ਨਾ ਸਭ ਕੁਛ ਇਕੱਤਰ ਕਰਕੇ ਮਾਤਾ ਜੀ ਫਿਰ ਗੱਡੀਆਂ ਗੜਬੈਲਾਂ 'ਤੇ ਲਦਵਾ ਕੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ ਉਸ ਜਗ੍ਹਾ 'ਤੇ ਪਹੁੰਚ ਗਏ ਹੈ। ਸਾਹਿਬਜ਼ਾਦੇ ਜੀ ਦਾ ਹੁਕਮ ਪਾ ਕੇ ਹੁਣ ਮਾਤਾ ਜੀ ਉਸ ਜਗ੍ਹਾ 'ਤੇ ਚਲੇ ਗਏ ਜਿੱਥੇ ਕਿ ਸਤਿਗੁਰਾਂ ਦਾ ਹੁਕਮ ਹੋਣਾ ਕੀਤਾ ਸੀ। ਤਪ ਸਮੇਤ ਤਨ ਜਾਏ ਬਲੋਕਾ ਟੂਸ਼ਨ ਬੈਠੀ ਹੋਏ ਅਸ ਸੋਕਾ ਜਿਤ ਸੰਗ ਨਰ ਸਭ ਚੱਲ ਆਏ ਹੇਰ ਹੇਰ ਨਿਜ ਢੇਰ ਲਗਾਏ। ਹੁਣ ਜਦੋਂ ਮਾਤਾ ਜੀ ਇੱਥੇ ਪਹੁੰਚੇ ਹੈ ਨਾ ਅਤੇ ਮਾਤਾ ਜੀ ਨੇ ਪਹਿਲੋਂ ਜਾ ਕਰਕੇ ਸਾਹਿਬਜ਼ਾਦੇ ਜੀ ਦਾ ਹਾਲ ਚਾਲ ਦੇਖਿਆ ਅਤੇ ਜਦੋਂ ਮਾਤਾ ਜੀ ਨੇ ਜਾ ਕਰਕੇ ਦੇਖਿਆ ਕਿ ਸਤਿਗੁਰੂ ਜੀ ਮਹਾਰਾਜ ਚਾਦਰਾ ਲੈ ਕੇ ਪਏ ਹੋਏ ਹੈ ਅਤੇ ਆਪਣੇ ਹਸਤ ਕਮਲ ਮੱਥੇ 'ਤੇ ਲਗਾਏ ਪਲੋਸੇ ਕੰਢ 'ਤੇ ਹੱਥ ਪੇਰਿਆ ਅਤੇ ਮਾਤਾ ਨੇ ਸਮਝਿਆ ਕਿ ਸਾਹਿਬਜ਼ਾਦਾ ਜੀ ਨੂੰ ਤਾਂ ਬਹੁਤ ਬੁਖਾਰ ਹੋਇਆ ਪਿਆ, ਜਿੱਥੇ ਬੁਖਾਰ ਸੀ ਉੱਥੇ ਫਿਰ ਸੀਤਲਾ ਦੇ ਦਾਣੇ ਵੀ ਨਜ਼ਰੀ ਆਏ ਨਾ ਜਦੋਂ, ਅਤੇ ਮਾਤਾ ਜੀ ਦੇ ਹਿਰਦੇ ਵਿੱਚ ਬੜਾ ਵੱਡਾ ਦੁੱਖ ਲੱਗਿਆ ਅਤੇ ਡਰ ਗਏ ਕਿ ਇਹ ਕੀ ਕਹਾਣੀ ਹੁਣ ਬਣਨਾ ਕਰੇਗੀ। ਜਿਨ੍ਹਾਂ ਦੇ ਦਰਸ਼ਨ ਦੁਆਰੇ ਕਰਕੇ ਦੁੱਖਾਂ ਦਾ ਨਾਸ ਹੁੰਦਾ ਸੀ, ਸੁੱਖਾਂ ਦਾ ਪ੍ਰਕਾਸ਼ ਹੁੰਦਾ ਸੀ, ਉਹਨਾਂ ਨੂੰ ਹੁਣ ਇਸ ਦੁੱਖ ਨੇ ਆ ਕਰਕੇ ਘੇਰਾ ਪਾ ਲਿਆ ਅਤੇ ਹੁਣ ਕੀ ਹੋਏਗਾ। ਮਾਤਾ ਜੀ ਬੜੇ ਫਿਕਰ ਵਿੱਚ ਹੋ ਗਏ ਹੈ, ਪਰ ਚੁੱਪ ਕਰਕੇ ਸਾਹਿਬਜ਼ਾਦਾ ਜੀ ਦੇ ਲਾਗੇ ਸਹਿਮਜੇ ਕਰਕੇ ਬੈਠ ਗਏ, ਅਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਫੁਰੀ ਜਾ ਰਹੇ ਹੈ ਕਿ ਕਿੱਦਾਂ ਅਤੇ ਕਿਵੇਂ ਹੁਣ ਹੋਣਾ ਕਰੇਗਾ ਕਿ ਇਸ ਤੋਂ ਅੱਗੇ ਕੋਈ ਗੁਰਤਾ ਗੱਦੀ ਸੰਭਾਲਣ ਵਾਲਾ ਵੀ ਦਿਸਦਾ ਨਹੀਂ, ਨਾ ਇਹਨਾਂ ਦੀ ਅਜੇ ਸ਼ਾਦੀ ਕੀਤੀ ਹੈ, ਨਾ ਇਹਨਾਂ ਦੀ ਸੰਤਾਨ ਹੈ, ਅਤੇ ਨਾ ਵੀ ਹੋਰ ਕੋਈ ਦਿਸਦਾ ਹੈ। ਅਤੇ ਰਾਮ ਰਾਏ ਨੂੰ ਸਤਿਗੁਰਾਂ ਨੇ ਫਟਕਾਰ ਦਿੱਤਾ ਹੈ ਜਿਹੜਾ ਕਿ ਹੁਣ ਭਰਾ ਦਾ ਵਿਰੋਧੀ ਬਣਿਆ ਬੈਠਾ ਅਤੇ ਬੜੀਆਂ ਸਾਰੀਆਂ ਗੱਲਾਂ ਆਪਣੇ ਮੁੱਖ ਵਿੱਚੋਂ ਬਕਦਾ ਹੈ, ਇਹ ਗੱਲ ਠੀਕ ਨਹੀਂ ਹੋਏਗੀ, ਬੜਾ ਅਸਰ ਜਿਹੜਾ ਮਾੜਾ ਪਵੇਗਾ। ਸਹਿਮ ਜੇ ਗਏ ਮਾਤਾ ਜੀ, ਬੜਾ ਦੁੱਖ ਲੱਗਿਆ, ਪਰ ਹੁਣ ਸਾਂਝਾ ਕਿਹਦੇ ਨਾਲ ਕਰਨ। ਹੁਣ ਸਾਹਿਬਜ਼ਾਦੇ ਜੀ ਦੇ ਪਾਸ ਬੜੇ ਦੁਖੀ ਮਨ ਦੇ ਨਾਲ ਚੁੱਪ ਜਿਹਾ ਕਰਕੇ ਮਾਤਾ ਜੀ ਨੇ ਬੈਠਣਾ ਕੀਤਾ ਸੀ। ਹੁਣ ਜਿਤਨੇ ਵੀ ਮਨੁੱਖ ਮਾਤਾ ਜੀ ਦੇ ਨਾਲ ਚੱਲ ਕੇ ਆਏ ਸੀ ਉਹ ਸਾਰੇ
ਆਪੋ ਆਪਣੇ ਤੰਬੂ ਕਨਾਤਾਂ ਲਾਉਣ ਦੇ ਵਿੱਚ ਰੁੱਝ ਗਏ ਹੈ, ਆਪੋ ਆਪਣੇ ਤੰਬੂ ਲਗਾ ਕੇ ਆਪੋ ਆਪਣੇ ਡੇਰੇ ਜਿਹੜੇ ਉਹ ਲਗਾਉਣਾ ਕਰਦੇ ਹਨ। ਤੰਬੂ ਸ਼ਮਿਆਨੇ ਗਣਤਾਨੇ, ਖਰੇ ਕਨਾਤ ਬਨਾਤ ਮਹਾਨੇ, ਰੇਸ਼ਮ ਕੀ ਡੋਰੇ ਗਣ ਸੁੰਦਰ, ਲਗੋ ਪਟੰਬਰ ਚਿੱਤਰ ਅੰਦਰ। ਕਿ ਗੁਰਸਿੱਖਾਂ ਨੇ ਬੜੇ ਸੋਹਣੇ ਸੋਹਣੇ ਤੰਬੂ ਕਨਾਤਾਂ ਸ਼ਮਿਆਨੇ ਆਦਿਕ ਤਾਨ ਦਿੱਤੇ ਹੈ, ਬਹੁਤ ਸੁੰਦਰ ਜਗ੍ਹਾ ਬਣਾ ਦਿੱਤੀ, ਅਤੇ ਜਿਤਨਾ ਵੀ ਸਾਜੋ ਸਮਾਨ ਸੀ ਉਹ ਥਾਂ ਪਰ ਥਾਂ ਫਿਰ ਸੰਭਾਲਣਾ ਕੀਤਾ, ਇਸ ਕੰਮ ਦੇ ਵਿੱਚ ਰੁੱਝੇ ਹੋਏ ਹੈ। ਪਰ ਮਾਤਾ ਜੀ ਹੁਣ ਸਾਹਿਬਜ਼ਾਦਾ ਜੀ ਦੇ ਪਾਸ ਬੈਠੇ ਮਨ ਕਰਕੇ ਬੜੇ ਦੁਖੀ ਹੈ, ਅਤੇ ਕਈ ਤਰ੍ਹਾਂ ਦੀਆਂ ਗੱਲਾਂ ਆਪਣੇ ਮਨ ਦੇ ਵਿੱਚ ਸੋਚਦੇ ਹੈ, ਅਤੇ ਵਿਚਾਰਦੇ ਹੈ ਕਿ ਹੁਣ ਕਿਹਦੇ ਨਾਲ ਦੁੱਖ ਸਾਂਝਾ ਕਰੀਏ, ਕਿ ਸਵਾਮੀ ਜੀ ਵੀ ਰਹੇ ਨਹੀਂ, ਸਵਾਮੀ ਜੀ ਵੀ ਰਹੇ ਨਹੀਂ ਜਿਨ੍ਹਾਂ ਦੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰ ਲਈਏ, ਅਤੇ ਹੋਰ ਅੱਗੇ ਕੋਈ ਅੰਸ਼ ਵੰਸ਼ ਨਹੀਂ ਜਿਨ੍ਹਾਂ ਨੂੰ ਆਪਣੇ ਪਾਸ ਬਿਠਾ ਕਰਕੇ ਦੁਲਾਰ ਨਾ ਕਰੀਏ, ਪਿਆਰ ਦੇਣਾ ਕਰੀਏ। ਕਿ ਜੇ ਇੱਦਾਂ ਦੀ ਕੋਈ ਕਹਾਣੀ ਬਣਦੀ ਹੈ, ਚਿਹਨ ਚੱਕਰ ਇੱਦਾਂ ਦੇ ਜਾਪਦੇ ਹੈ, ਕਿ ਫਿਰ ਉਸ ਤੋਂ ਬਾਅਦ ਗੁਰਤਾ ਗੱਦੀ ਦਾ ਵਾਰਸ ਕੌਣ ਬਣੇਗਾ? ਸੋਢੀਆਂ ਨੇ ਤਾਂ ਪਹਿਲਾਂ ਹੀ ਬੜੀ ਅੱਤ ਚੁੱਕੀ ਹੋਈ ਹੈ, ਸੋਢੀਆਂ ਨੇ ਤਾਂ ਬੜੀ ਅੱਤ ਚੁੱਕੀ ਹੋਈ ਹੈ, ਇਹ ਬੜੇ ਸਾਰੇ ਰੌਲੇ ਗੌਲੇ ਬਣ ਜਾਣਗੇ। ਦੋਹਰਾ ਨਿਰਭਜੈ ਸਿੰਘ ਉੱਠ ਭੋਰ ਕੋ ਸ਼ਾਹ ਸਮੀਪ ਸਧਾਏ, ਸਾਥ ਅਦੈਬ ਦੇਖ ਕੇ ਪਹੁੰਚੋ ਸੀਸ ਨਵਾਏ। ਹੁਣ ਜਿੱਥੇ ਮਾਤਾ ਜੀ ਇੱਥੇ ਆਏ ਹੈ ਅਤੇ ਬੜੇ ਮਨ ਕਰਕੇ ਦੁਖੀ ਹੈ, ਕਈ ਵਿਚਾਰਾਂ ਕਰਦੇ ਹੈ, ਉੱਥੇ ਰਾਜੇ ਨੂੰ ਵੀ ਹੁਣ ਰਾਜੇ ਨੂੰ ਵੀ ਜਾ ਕੇ ਪ੍ਰਧਾਨ ਨੇ ਦੱਸ ਦਿੱਤਾ, ਅਤੇ ਰਾਜਾ ਬੜੀ ਕਾਹਲੀ ਦੇ ਨਾਲ ਪ੍ਰਧਾਨ ਤੋਂ ਇਹ ਖਬਰ ਸੁਣ ਕੇ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਆਇਆ। ਇਹ ਰਾਜਾ ਜਿਹੜਾ ਸੀ ਇਸ ਜਗ੍ਹਾ 'ਤੇ ਆਉਣ ਤੋਂ ਪਹਿਲਾਂ ਹੁਣ ਬਾਦਸ਼ਾਹ ਦੇ ਪਾਸ ਗਿਆ, ਜਿੱਥੇ ਹੁਣ ਰਾਜੇ ਦਾ ਜੀ ਕਰਦਾ ਸੀ ਸਤਿਗੁਰਾਂ ਕੋਲ ਜਾਣ ਵਾਸਤੇ, ਉੱਥੇ ਪਹਿਲਾਂ ਇਹ ਬਾਦਸ਼ਾਹ ਦੇ ਪਾਸ ਗਿਆ। ਬਾਦਸ਼ਾਹ ਦੇ ਪਾਸ ਜਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਫਿਰ ਸਿਰ ਨਵਾ ਕੇ ਸਲਾਮ ਦੁਆ ਕੀਤੀ ਹੈ, ਅਤੇ ਇਹਦੇ ਪਾਸ ਜਾ ਕੇ ਬੈਠਣਾ ਕੀਤਾ ਹੈ। ਨਰੰਗ ਦ੍ਰਿਗ ਅਵਲੋਕ ਨਰੇਸ਼ਾ, ਬੂਝੀ ਗੁਰ ਕੀ ਗਾਥ ਵਿਸ਼ੇਸ਼ਾ। ਕਿ ਜਦੋਂ ਹੁਣ ਇਹ ਰਾਜਾ ਜਾ ਕੇ ਬੈਠ ਗਿਆ ਨਾ ਸਲਾਮ ਬੁਲਾ ਕੇ, ਅਤੇ ਨਰੰਗੇ ਬਾਦਸ਼ਾਹ ਨੇ ਫਿਰ ਆਪਣੀਆਂ ਅੱਖਾਂ ਨਾਲ ਦੇਖ ਕੇ ਵਿਸ਼ੇਸ਼ ਤੌਰ 'ਤੇ ਸਤਿਗੁਰਾਂ ਦੀ ਗਾਥਾ ਸੁਣਨ ਵਾਸਤੇ ਕਿਹਾ, ਕਿਉਂਕਿ ਇਹ ਬੜਾ ਕਾਹਲਾ ਸੀ ਨਰੰਗਾ ਬਾਦਸ਼ਾਹ। ਜਦੋਂ ਦਾ ਇਹਨੇ ਰਾਜੇ ਨੂੰ ਕਿਹਾ ਸੀ ਕਿ ਸਤਿਗੁਰਾਂ ਦੀ ਪਰਖ ਕਰਕੇ ਦਿਖਾ, ਉਸ ਤੋਂ ਬਾਅਦ ਹੁਣ ਰਾਜਾ ਗਿਆ ਹੀ ਪਹਿਲੀ ਵਾਰ ਸੀ, ਇਹ ਪੁੱਛਣਾ ਚਾਹੁੰਦਾ ਸੀ ਕਿ ਰਾਜਾ ਸਾਹਿਬ ਦੱਸੋ ਪਰਖ ਕੀਤੀ ਜੇ ਅਤੇ ਕੀ ਕੁਛ ਦੇਖਣ ਨੂੰ ਮਿਲਿਆ। ਕਾਹਲੀ ਸੀ ਮਨ ਦੇ ਵਿੱਚ। ਹੁਣ ਜਦੋਂ ਰਾਜਾ ਗਿਆ ਬੈਠ ਗਿਆ ਅਤੇ ਇਹਨੇ ਸਤਿਗੁਰਾਂ ਦੇ ਬਾਰੇ ਵਿੱਚ ਸਾਰੀ ਕਹਾਣੀ ਪੁੱਛਣਾ ਕੀਤੀ ਹੈ, ਬੜੀ ਕਾਹਲੀ ਲੱਗੀ ਹੋਈ ਸੀ ਨਰੰਗੇ ਬਾਦਸ਼ਾਹ ਦੇ ਮਨ ਵਿੱਚ। ਕਹਿਣ ਲੱਗਾ, ਰਾਜਾ ਸਾਹਿਬ ਕਿੱਦਾਂ ਫਿਰ ਤੁਸੀਂ ਸਤਿਗੁਰਾਂ ਦੀ ਸੇਵਾ ਕਰਕੇ ਅਤੇ ਕਿੱਦਾਂ ਦਾ ਉਹਨਾਂ ਨੂੰ ਪਹਿਚਾਨਣਾ ਕੀਤਾ, ਕਿੱਦਾਂ ਦਾ ਤੁਸੀਂ ਦੇਖਣਾ ਕੀਤਾ ਕਿ
ਉਮਰ ਭਾਵੇਂ ਛੋਟੀ ਹੈ ਪਰ ਪਰਮ ਸਿਆਣੇ ਹੈ, ਬੜੇ ਉੱਤਮ ਗੰਭੀਰ ਅਤੇ ਮਹਾਨ ਨੇ, ਬੜੇ ਉਹਨਾਂ ਦੇ ਬਚਨ ਉੱਚੇ ਅਤੇ ਸੁੱਚੇ ਹੈ ਅਤੇ ਬੜੇ ਗੰਭੀਰ ਬਚਨ ਉਹ ਸੁਣਾਉਣਾ ਕਰਦੇ ਹੈ। ਅਤੇ ਦੱਸੋ ਹੁਣ ਜੋ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ ਕਿੱਦਾਂ ਅਤੇ ਕਿਵੇਂ ਤੁਸਾਂ ਨੇ ਆਪਣੇ ਮਨ ਦੇ ਨਾਲ ਪਛਾਣਨਾ ਕੀਤਾ ਹੈ। ਕਰਾਮਾਤ ਕੁਛ ਪਰਖਣ ਕਰੀ ਇਹ ਕਿਨੈ ਬੜ ਸ਼ਕਤੀ ਧਰੀ, ਕਿ ਦੱਸੋ ਕਰਾਮਾਤ ਕਰਕੇ ਤੁਸਾਂ ਨੇ ਪਰਖ ਕੀਤੀ ਹੈ ਜਾਂ ਨਹੀਂ ਕੀਤੀ। ਬਾਦਸ਼ਾਹ ਨਰੰਗਾ ਪੁੱਛਦਾ, ਕਹਿੰਦਾ ਕਿ ਰਾਜਾ ਸਾਹਿਬ ਕਰਾਮਾਤ ਤੁਸਾਂ ਨੇ ਦੇਖੀ ਹੈ ਜਾਂ ਨਹੀਂ ਦੇਖੀ, ਪਰਖ ਕੀਤੀ ਜੇ ਜਾਂ ਨਹੀਂ ਕੀਤੀ, ਕਿਉਂਕਿ ਤੁਹਾਨੂੰ ਇਹੀ ਕਿਹਾ ਸੀ ਕਿ ਪਰਖਣਾ ਹੈ ਕਿ ਉਹਨਾਂ ਦੇ ਪਾਸ ਵੱਡੀ ਸ਼ਕਤੀ ਹੈ ਜਾਂ ਨਹੀਂ ਹੈ, ਰਾਮ ਰਾਏ ਤੋਂ ਮਹਾਨ ਨੇ ਜਾਂ ਛੋਟੇ ਹੈ। ਇਹ ਕਹਾਣੀ ਤੁਸਾਂ ਨੇ ਪਰਖਣੀ ਸੀ। ਇਸ ਵਾਸਤੇ ਨੇੜੇ ਰਹਿ ਕਰਕੇ ਜੋ ਤੁਸੀਂ ਦੇਖਿਆ ਉਹ ਦੱਸਣਾ ਕਰੋ। ਬਾਦਸ਼ਾਹ ਹੁਣ ਰਾਜੇ ਤੋਂ ਪੁੱਛਣਾ ਚਾਹੁੰਦਾ ਸੀ, ਕਹਿੰਦਾ ਤੁਸੀਂ ਲਾਗੇ ਰਹੇ ਹੋ, ਤੁਹਾਡੇ ਪਾਸ ਰਹੇ ਹੈ, ਨੇੜੇ ਰਹਿ ਕੇ ਜੋ ਕੁਛ ਤੁਸਾਂ ਨੇ ਦੇਖਿਆ ਉਹ ਦੱਸਣਾ ਕਰੋ ਕਿ ਪਰਖ ਕਰਕੇ ਕਿਤਨਾ ਕੁ ਗੁਰੂ ਸਾਹਿਬਾਨ ਨੂੰ ਭਾਰੀ ਸ਼ਕਤੀਸ਼ਾਲੀ ਤੁਸਾਂ ਨੇ ਦੇਖਣਾ ਕੀਤਾ ਹੈ, ਕਿ ਕਿਤਨੀਆਂ ਕੁ ਵੱਡੀਆਂ ਉਹਨਾਂ ਦੇ ਪਾਸ ਸ਼ਕਤੀਆਂ, ਕਿਤਨੇ ਕੁ ਮਹਾਨ ਨੇ, ਇਹਦੇ ਬਾਰੇ ਰਾਜਾ ਸਾਹਿਬ ਸਾਨੂੰ ਦੱਸਣਾ ਕਰੋ ਜੀ। ਸੁਣ ਮਹਿਪਾਲਕ ਹੱਥ ਨਿਬੰਧ ਕਹੋ ਕਿ ਇਹ ਅਤੋਲ ਬੁਲੰਦ, ਕੋਸਮ ਰਥ ਜੋ ਪਰਖੇ ਭਾਰ ਮਹਾ ਗੰਭੀਰ ਸਧੀਰ ਉਦਾਰ। ਅਤੇ ਜਦੋਂ ਹੁਣ ਨਰੰਗੇ ਬਾਦਸ਼ਾਹ ਨੇ ਦੋ ਵਾਰ ਵਾਰੀ ਵਾਰੀ ਇਹ ਗੱਲ ਕੀਤੀ ਨਾ ਗੁਰੂ ਪਿਆਰੀ ਸਾਧ ਸੰਗਤ ਜੀ, ਰਾਜੇ ਨੇ ਹੱਥ ਜੋੜ ਕਰਕੇ ਅਤੇ ਬਾਦਸ਼ਾਹ ਨੂੰ ਦੱਸਣਾ ਕੀਤਾ। ਹੱਥ ਜੋੜ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ, ਕੀ ਦੱਸਾਂ, ਉਹ ਤਾਂ ਬੜੇ ਗੰਭੀਰ, ਬੜੇ ਡੂੰਘੇ ਨੇ, ਬੜੇ ਮਹਾਨ ਨੇ, ਉਹ ਤੋਲਿਆ ਤੋਲੇ ਨਹੀਂ ਜਾ ਸਕਦੇ, ਉਹ ਤੋਲਿਆ ਤੋਲੇ ਨਹੀਂ ਜਾ ਸਕਦੇ, ਉਹਨਾਂ ਦੇ ਅੰਤ ਨੂੰ ਕੋਈ ਪਾ ਨਹੀਂ ਸਕੇਗਾ, ਉਹ ਤਾਂ ਬੜੇ ਅਤੋਲ ਨੇ ਅਤੇ ਵੱਡੇ ਸਮਰੱਥ ਨੇ, ਉਹਨਾਂ ਜਿਤਨੀ ਕੋਈ ਵੀ ਇਹ ਜਹਾਨ ਦੇ ਵਿੱਚ ਸਮਰੱਥਾ ਨਹੀਂ ਰੱਖਦਾ, ਉਹਨਾਂ ਦੀ ਬਰਾਬਰਤਾ ਇਹ ਜਹਾਨ ਦੇ ਵਿੱਚ ਬਾਦਸ਼ਾਹ ਸਲਾਮਤ ਕੋਈ ਨਹੀਂ ਕਰ ਸਕੇਗਾ, ਕਿ ਐਸਾ ਮਾਂ ਨੇ ਕੋਈ ਪੁੱਤ ਜਨਮਿਆ ਹੀ ਨਹੀਂ ਜਿਹੜਾ ਕਿ ਉਹਨਾਂ ਦੀ ਪਰਖ ਕਰ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਜੈ ਸਿੰਘ ਸਵਾਈ ਹੁਣ ਕਹਿੰਦਾ ਬਾਦਸ਼ਾਹ ਸਲਾਮਤ, ਐਸਾ ਕੋਈ ਮਾਂ ਨੇ ਪੁੱਤ ਜੰਮਿਆ ਹੀ ਨਹੀਂ ਜਿਹੜਾ ਕਿ ਉਸ ਘਰ ਦੀ ਪਰਖ ਕਰ ਸਕੇ, ਉਹ ਬੜੇ ਮਹਾਨ ਨੇ, ਬੜੇ ਡੂੰਘੇ ਨੇ, ਬੜੇ ਗੰਭੀਰ ਨੇ, ਧੀਰਜਵਾਨ ਅਤੇ ਫਰਾਖ ਦਿਲ ਨੇ, ਉਹ ਕਦਾ ਚਿੱਤ ਵੀ ਕਿਸੇ ਉੱਤੇ ਗੁੱਸੇ ਨਹੀਂ ਹੁੰਦੇ, ਕਦਾ ਚਿੱਤ ਵੀ ਕਿਸੇ ਉੱਤੇ ਗੁੱਸੇ ਨਹੀਂ ਹੁੰਦੇ, ਅਤੇ ਨਾ ਹੀ ਆਪਣੀ ਰਸਨਾ ਦੇ ਨਾਲ ਕਿਸੇ ਨੂੰ ਕੌੜਾ ਬਚਨ ਕਹਿੰਦੇ ਹੈ। ਬਸ਼ੱਕ ਕੋਈ ਗਲਤੀਆਂ ਕਰੀ ਜਾਵੇ ਉਹਨੂੰ ਪਿਆਰ ਦੇ ਨਾਲ ਸਮਝਾਉਂਦੇ ਹੈ, ਧੀਰਜ ਧਾਰਨ ਕਰਕੇ ਸਮਝਾਉਂਦੇ ਹੈ, ਪਰ ਕਿਸੇ ਤਰ੍ਹਾਂ ਦੀ ਉੱਥੇ ਗਰਮੀ ਦੇਖਣ ਨੂੰ ਨਜ਼ਰ ਹੀ ਨਹੀਂ ਆਉਂਦੇ, ਉਹ ਤਾਂ ਹਿਰਦਾ ਸ਼ਾਂਤ ਹੀ ਬੜਾ ਹੈ। ਬਾਦਸ਼ਾਹ ਸਲਾਮਤ
ਉਹ ਹਿਰਦਾ ਸ਼ਾਂਤ ਹੀ ਬੜਾ ਹੈ, ਉਹਨਾਂ ਦੇ ਪਾਰਾਵਾਰ ਨੂੰ ਕੋਈ ਪਾ ਨਹੀਂ ਸਕੇਗਾ। ਪਟਰਾ ਨੀ ਮੈਂ ਕੌਣ ਬਿਠਾਈ, ਆਪਰ ਪਲੇ ਥਲ ਮੈਂ ਸੁਖਦਾਈ, ਜੇ ਅੰਤਰ ਜਾਮੀ ਗੁਰਿਆ ਹੀ ਬੈਖੀ ਅੰਕ ਜਾਏ ਕਰ ਬਹੇ। ਕਹਿਣ ਲੱਗਾ ਕਿ ਜਿੱਦਾਂ ਮੈਂ ਪਟਰਾਣੀ ਨੂੰ ਮੈਲੇ ਕੁਚੈਲੇ ਕੱਪੜੇ ਬਿਠਾ ਪਾ ਪਵਾ ਕਰਕੇ ਇੱਕ ਪਾਸੇ ਕਰਕੇ ਅਤੇ ਬਿਠਾ ਦਿੱਤਾ ਉਹਨਾਂ ਦੀ ਪਰਖ ਕਰਨ ਵਾਸਤੇ, ਮੈਲੇ ਕੁਚੈਲੇ ਕੱਪੜੇ ਪਵਾ ਕੇ ਪਟਰਾਣੀ ਨੂੰ ਇੱਕ ਸਾਈਡ 'ਤੇ ਬਿਠਾਣਾ ਕੀਤਾ ਅਤੇ ਦੂਸਰਿਆਂ ਨੂੰ ਚੰਗੇ ਸਥਾਨ 'ਤੇ ਬਿਠਾਇਆ, ਛੋਟੀਆਂ ਰਾਣੀਆਂ ਨੂੰ ਉੱਚੀ ਜਗ੍ਹਾ 'ਤੇ ਬਿਠਾਇਆ, ਵੱਡੀ ਨੂੰ ਨੀਵੀਂ ਜਗ੍ਹਾ 'ਤੇ ਬਿਠਾਣਾ ਕੀਤਾ ਭੁਲੇਖਾ ਪਾਉਣ ਵਾਸਤੇ। ਅਤੇ ਮਨ ਦੇ ਵਿੱਚ ਇਹੀ ਵਿਚਾਰ ਕੀਤੇ ਮੈਂ ਅਤੇ ਮੇਰੀ ਵੱਡੀ ਰਾਣੀ ਨੇ ਕਿ ਜੇ ਸਤਿਗੁਰੂ ਜੀ ਮਹਾਰਾਜ ਜਾਨੀ ਜਾਨ ਨੇ ਅੰਤਰਜਾਮੀ ਨੇ ਅਤੇ ਫਿਰ ਪਟਰਾਣੀ ਦੀ ਗੋਦ ਵਿੱਚ ਆ ਕਰਕੇ ਬੈਠਣਗੇ, ਪਟਰਾਣੀ ਦੀ ਗੋਦ ਵਿੱਚ ਆ ਕਰਕੇ ਬੈਠਣਗੇ। ਅਸਾਂ ਨੇ ਇਹੀ ਵਿਉਂਤ ਵਾਰ ਵਾਰ ਆਪਣੇ ਹਿਰਦੇ ਵਿੱਚ ਬਣਾਉਣਾ ਕੀਤੀ। ਹੁਣ ਜਦੋਂ ਇੱਦਾਂ ਸੋਚ ਕਰਕੇ ਬਾਦਸ਼ਾਹ ਸਲਾਮਤ ਅਸੀਂ ਦੋਨਾਂ ਜੀਆਂ ਨੇ ਤਿਆਰੀ ਕਰਵਾਈ ਸੀ ਅਤੇ ਫਿਰ ਆ ਕੇ ਮੈਂ ਬੇਨਤੀ ਕੀਤੀ ਅਤੇ ਜਾਨੀ ਜਾਨ ਸਤਿਗੁਰੂ ਜੀ ਮਹਾਰਾਜ ਨੇ ਪਹਿਲੋਂ ਹੀ ਜਾਣ ਲਿਆ ਕਿ ਰਾਜਾ ਸਾਡੀ ਪਰਖ ਕਰਨੀ ਚਾਹੁੰਦਾ। ਬਾਦਸ਼ਾਹ ਸਲਾਮਤ ਇਤਨੇ ਜਾਨੀ ਜਾਨ ਨੇ, ਉਹਨਾਂ ਨੇ ਤਾਂ ਪਹਿਲੋਂ ਹੀ ਜਾਣ ਲਿਆ ਸੀ ਕਿ ਰਾਜਾ ਨਸ਼ਰਦਕ ਹੋ ਗਿਆ। ਇਹਦੇ ਪ੍ਰੇਮ ਕਰਕੇ ਅਸੀਂ ਦਿੱਲੀ ਵਿੱਚ ਆਏ ਸੀ, ਪਰ ਇਹਦੇ ਪ੍ਰੇਮਹੀਨਤਾ ਨੂੰ ਹੁਣ ਅਸੀਂ ਜਾਣ ਲਿਆ, ਇਹ ਪਰਖ ਕਰਨੀ ਚਾਹੁੰਦਾ, ਇਸ ਕਰਕੇ ਸਾਡੇ ਤੋਂ ਮੁੱਖ ਮੋੜਨ ਵਾਲੀ ਗੱਲ ਸਤਿਗੁਰਾਂ ਨੇ ਫਿਰ ਹਿਰਦੇ ਵਿੱਚ ਧਾਰਨ ਕਰ ਲਈ। ਜਾਂ ਇੱਦਾਂ ਕਹਿ ਲਓ ਕਿ ਸਾਡੇ ਇੱਦਾਂ ਦੇ ਲੱਛਣ ਦੇਖ ਕਰਕੇ ਸਤਿਗੁਰਾਂ ਨੇ ਸਾਡੇ ਵੱਲੋਂ ਮੁੱਖ ਮੋੜ ਲਿਆ। ਜਾਂ ਇੱਦਾਂ ਕਹਿ ਲਓ ਕਿ ਸਾਡੇ ਨਾਲ ਨਾਰਾਜ਼ ਵਸ ਹੋ ਗਏ ਅਤੇ ਜਿਨ੍ਹਾਂ ਦਾ ਰੱਬ ਰੁੱਸ ਜਾਏ। ਬਾਦਸ਼ਾਹ ਸਲਾਮਤ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਫਿਰ ਕਦਾਚਿਤ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦੇ। ਜਿਸ ਗੱਲ ਤੋਂ ਮੈਂ ਡਰਦਾ ਸੀ ਨਾ ਬਾਦਸ਼ਾਹ ਸਲਾਮਤ, ਜਿਹੜੀ ਗੱਲ ਮੈਂ ਤੁਹਾਡੇ ਨਾਲ ਕੀਤੀ ਸੀ, ਮੇਰੇ ਨਾਲ ਤਾਂ ਉਹੀ ਗੱਲ ਬੰਨਾ ਕੀਤੀ ਸੀ। ਤਉ ਹੋਏ ਨਮਰੀ ਬਹੁ ਭਾਂਤੀ, ਕਹਿ ਕਹਿ ਕੀਰਤ ਕੀ ਗਨ ਬਾਤੀ, ਲੇ ਗਮਨੋ ਮੰਦਰ ਨਵਾਸ, ਜਾ ਪਹੁੰਚੇ ਸਭ ਤ੍ਰੀਨ ਪਾਸ। ਕਿ ਫਿਰ ਵੀ ਮੈਂ ਬੜਾ ਸਾਰੀ ਨਿਮਰਤਾ ਧਾਰ ਕੇ ਬਚਨ ਬਲਾਸ ਕਰਕੇ ਅਤੇ ਸਤਿਗੁਰਾਂ ਨੂੰ ਆਪਣੇ ਮਹਿਲਾਂ ਵਿੱਚ ਲੈ ਕਰਕੇ ਗਿਆ, ਬੜੇ ਸਾਰੇ ਬਚਨ ਬਲਾਸ ਕਰਕੇ ਤਰਲਾ ਮਿਹਨਤ ਕਰਕੇ ਫਿਰ ਲੈ ਕਰਕੇ ਜਾਣਾ ਕੀਤਾ, ਬੜੀ ਸਾਰੀ ਸਲਾਂਘਾ ਕਰਕੇ। ਅਤੇ ਜਦੋਂ ਹੁਣ ਰਣਵਾਸ ਵਿੱਚ ਲੈ ਕਰਕੇ ਗਿਆ ਨਾ ਬਾਦਸ਼ਾਹ ਸਲਾਮਤ, ਅਤੇ ਸਤਿਗੁਰਾਂ ਨੇ ਉਹਨਾਂ ਰਾਣੀਆਂ ਦੇ ਪਾਸ ਪਹੁੰਚਣਾ ਕੀਤਾ ਜੋ ਆਪਣੇ ਹੱਥ ਵਿੱਚ ਉਹਨਾਂ ਨੇ ਫੁੱਲ ਚੜੀ ਪਕੜਨਾ ਕੀਤੀ ਹੋਈ ਸੀ ਨਾ, ਸਾਰੀਆਂ ਰਾਣੀਆਂ ਦੇ ਸਿਰ 'ਤੇ ਲਗਾਉਂਦੇ ਗਏ ਅਤੇ ਕਹਿੰਦੇ ਕਹਿ ਰਾਜਾ ਸਾਹਿਬ, ਇਹ ਵੀ ਤੇਰੀ ਪਟਰਾਣੀ ਨਹੀਂ, ਇਹ ਵੀ ਤੇਰੀ ਪਟਰਾਣੀ ਨਹੀਂ, ਸਾਰਿਆਂ ਦੇ ਪਾਸਿਓਂ ਹੋ ਕਰਕੇ। ਅਤੇ ਜਿਸ ਜਗ੍ਹਾ 'ਤੇ ਮੈਲੇ ਕਚੈਲੇ ਕੱਪੜੇ ਪਹਿਣ ਕੇ ਪਟਰਾਣੀ ਬੈਠੀ ਹੋਈ ਸੀ,
ਬਾਦਸ਼ਾਹ ਸਲਾਮਤ ਸਤਿਗੁਰੂ ਜੀ ਮਹਾਰਾਜ ਜਾਨੀ ਜਾਣ ਪਾਤਸ਼ਾਹ ਫਿਰ ਉਸ ਜਗ੍ਹਾ 'ਤੇ ਪਹੁੰਚ ਗਏ। ਧਰੇ ਮਨੋਰਥੇ ਮੁਰ ਮਾਹੀ ਮੋਬਿਨ ਅੰਕ ਨ ਬੈਠੇ ਕਾਹੀ ਸੋ ਮਨ ਜਾਣ ਗਏ ਤਿਸ ਪਾਸ ਇਹ ਪਟਰਾਣੀ ਬਾਗ ਪ੍ਰਕਾਸ਼। ਅਤੇ ਜੋ ਫਿਰ ਅਸੀਂ ਆਪਣੇ ਮਨ ਦੇ ਵਿੱਚ ਬਾਦਸ਼ਾਹ ਸਲਾਮਤ ਮਨੋਰਥ ਧਾਰਨ ਕੀਤਾ ਸੀ, ਜੋ ਅਸੀਂ ਆਪਣੇ ਮਨ ਦੇ ਵਿੱਚ ਸੋਚਣਾ ਕੀਤਾ ਸੀ ਨਾ ਬਾਦਸ਼ਾਹ ਸਲਾਮਤ ਮੇਰੇ ਬਗੈਰ ਕਿ ਕਿਸੇ ਹੋਰ ਦੀ ਗੋਦ ਵਿੱਚ ਨਾ ਬੈਠਣ, ਕਹਿਣ ਦਾ ਭਾਵ ਕਿ ਮੇਰੀ ਪਟਰਾਣੀ ਨੇ ਸੋਚਿਆ ਸੀ ਕਿ ਜੇ ਜਾਨੀ ਜਾਨ ਨੇ ਤਾਂ ਮੇਰੀ ਗੋਦ ਤੋਂ ਬਗੈਰ ਹੋਰ ਕਿਸੇ ਦੀ ਗੋਦ ਵਿੱਚ ਨਾ ਬੈਠਣ, ਸੋ ਮਨ ਵਿੱਚ ਇਹ ਪਛਾਣ ਕਰਕੇ ਅਤੇ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਫਿਰ ਪਟਰਾਣੀ ਦੇ ਪਾਸ ਚਲੇ ਗਏ ਅਤੇ ਜਾ ਕਰਕੇ ਸਤਿਗੁਰਾਂ ਨੇ ਕਹਿ ਦਿੱਤਾ, ਰਾਜਾ ਸਾਹਿਬ ਇਹ ਤੁਹਾਡੀ ਪਟਰਾਣੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੱਟ ਘੱਟ ਕੇ ਅੰਤਰ ਕੇ ਜਾਣਤ, ਭਲੇ ਬੁਰੇ ਕੇ ਪੀਰ ਪਛਾਣਤ। ਜਾਨੀ ਜਾਣ ਪਾਤਸ਼ਾਹ ਜੀ ਜਾਣਦੇ ਹੈ, ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਸਤਿਗੁਰੂ ਜੀ ਜਾਣ ਗਏ ਕਿ ਇਹ ਪਟਰਾਣੀ ਹੈ, ਪਰ ਰਾਜਾ ਸਾਹਿਬ ਤੁਸਾਂ ਨੇ ਸਾਡੇ ਨਾਲ ਛਲ ਕਰਨਾ ਕੀਤਾ, ਛਲ ਫਰੇਬ ਕਰਨਾ ਕੀਤਾ, ਤੁਹਾਡੇ ਵਾਸਤੇ ਇਹ ਚੰਗੀ ਗੱਲ ਨਹੀਂ, ਤੁਸੀਂ ਵਿਸ਼ਵਾਸਘਾਤ ਕਰਨਾ ਚਾਹੁੰਦੇ ਹੋ। ਇਹ ਬਾਦਸ਼ਾਹ ਸਲਾਮਤ ਸਤਿਗੁਰੂ ਜੀ ਮਹਾਰਾਜ ਫਿਰ ਨਾਰਾਜ਼ ਵਸ ਹੋਣਾ ਕੀਤਾ ਹੈ। ਬੈਠੇ ਜਾਏ ਅੰਕ ਤਤਕਾਲਾ ਭਈ ਬਿਸਮ ਅਵਲੋਕ ਤਬਾਲਾ ਪਰਖਣ ਕੀ ਵਿਦ ਸਕਦੀ ਜਾਨੀ ਕੁਸ਼ਕ ਕੂਪ ਤੇ ਗਿਰਾ ਬਖਾਨੀ। ਜਿੱਥੇ ਸਤਿਗੁਰੂ ਜੀ ਮਹਾਰਾਜ ਪਟਰਾਣੀ ਦੀ ਗੋਦ ਵਿੱਚ ਬੈਠੇ, ਇਹ ਸਭ ਕੁਛ ਦੇਖ ਕਰਕੇ ਪਟਰਾਣੀ ਬੜੀ ਹੈਰਾਨ ਹੋਣਾ ਕੀਤੇ, ਪਰ ਪਰਖਣ ਦੀ ਸਾਰੀ ਵਿਧੀ ਜਾਣ ਕਰਕੇ ਅਤੇ ਸਤਿਗੁਰਾਂ ਨੇ ਫਿਰ ਸਾਡੇ ਨਾਲ ਗੁੱਸੇ ਵਿੱਚ ਹੋ ਕੇ ਸਾਡੇ ਪ੍ਰਤੀ ਬਾਦਸ਼ਾਹ ਸਲਾਮਤ ਕਰੜੇ ਬਚਨ ਛੱਡ ਦਿੱਤੇ। ਜੋ ਤੁਹਾਨੂੰ ਮੈਂ ਕਿਹਾ ਸੀ ਨਾ, ਜਿਸ ਗੱਲ ਤੋਂ ਮੈਂ ਡਰਦਾ ਸੀ ਬਾਦਸ਼ਾਹ ਸਲਾਮਤ, ਸਾਡੇ ਨਾਲ ਤਾਂ ਫਿਰ ਉਹੀ ਗੱਲ ਹੋਣਾ ਕੀਤੀ, ਅਸੀਂ ਤਾਂ ਆਪਣਾ ਆਪ ਹੀ ਗਵਾ ਬੈਠੇ ਸੀ, ਕੀ ਲੋੜ ਪਈ ਸੀ ਪਰਖ ਕਰਨ ਦੀ। ਸਤਿਗੁਰੂ ਜੀ ਮਹਾਰਾਜ ਫਿਰ ਗੁੱਸੇ ਵਿੱਚ ਹੋ ਗਏ ਅਤੇ ਗੁੱਸੇ ਵਿੱਚ ਹੋ ਕਰਕੇ ਸਤਿਗੁਰਾਂ ਨੇ ਫਿਰ ਕਰੜੇ ਬਚਨ ਸਾਡੇ ਪ੍ਰਤੀ ਕਹਿਣਾ ਕੀਤੇ ਹੈ। ਸੁਨਾ ਮਹਾਥ ਜੋਰ ਬਖਸਾਈ ਇਮ ਅਜਮਤ ਕਾਮਲ ਪਤਿਆਈ ਸੁਨ ਰੰਗ ਮਨ ਸਾਚੀ ਜਾਨ ਪੂਜੈ ਸਿੰਘ ਮੇਲ ਮਨ ਠਾਨ। ਕਿ ਜਦੋਂ ਅਸੀਂ ਇਹ ਕਰੜੇ ਬਚਨ ਸੁਣੇ ਨਾ ਸਤਿਗੁਰਾਂ ਦੇ ਬਾਦਸ਼ਾਹ ਸਲਾਮਤ, ਅਸੀਂ ਤਾਂ ਦੋਨੋਂ ਜੀ ਸਤਿਗੁਰਾਂ ਦੇ ਚਰਨਾਂ 'ਤੇ ਢਹਿ ਪਏ, ਬੜੇ ਸਾਰੇ ਅਰਦਾਸ ਬੇਨਤੀ ਜੋਤੜੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕਰਕੇ ਕੀਤੀਆਂ ਅਤੇ ਆਪਣੇ ਆਪ ਨੂੰ ਮਸਾਂ ਜਾ ਕੇ ਕਿਤੇ ਬਖਸ਼ਾਣਾ ਕੀਤਾ। ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਬੜੀ ਮੁਸ਼ਕਲ ਦੇ ਨਾਲ ਕਹਿ ਕਰਕੇ ਅਤੇ ਉਹਨਾਂ ਪਾਸੋਂ ਆਪਣੀ ਭੁੱਲ ਬਖਸ਼ਾਣਾ ਕੀਤੀ ਹੈ। ਇਸ ਤਰ੍ਹਾਂ ਬਾਦਸ਼ਾਹ ਸਲਾਮਤ ਪਰਖ 'ਤੇ ਬਹੁਤ ਸਾਰੇ ਕੀਤੇ ਹੈ ਕਿ ਹਰ ਪੱਖ ਤੋਂ ਸੰਪੂਰਨ ਨੇ, ਪਰ ਦੂਸਰੇ ਪਾਸੇ
ਨਾਰਾਜ਼ ਵਸ ਵੀ ਸਤਿਗੁਰਾਂ ਨੇ ਹੋਣਾ ਕੀਤਾ ਅਤੇ ਨਾਰਾਜ਼ਗੀ ਵੀ ਸਾਨੂੰ ਝਲਣੀ ਪਈ ਅਤੇ ਸਤਿਗੁਰਾਂ ਨੇ ਜਿੱਥੇ ਸਾਨੂੰ ਬਖਸ਼ ਦਿੱਤਾ ਉੱਥੇ ਸਤਿਗੁਰਾਂ ਨੇ ਇਹ ਵੀ ਬਚਨ ਕਹਿ ਦਿੱਤਾ, ਰਾਜਾ ਜੈ ਸਿੰਘ ਜੀ ਕੁਛ ਤੁਹਾਨੂੰ ਫਲ ਇਹਦਾ ਭੁਗਤਣਾ ਹੀ ਪਵੇਗਾ, ਕੁਛ ਫਲ ਤੁਹਾਨੂੰ ਇਹਦਾ ਭੁਗਤਣਾ ਹੀ ਪਵੇਗਾ। ਉਹ ਕੀ ਕਿ ਇਸ ਤੋਂ ਬਾਅਦ ਤੁਹਾਡੀ ਪਟਰਾਣੀ ਰਾਜ ਭਾਗ ਕਰਿਆ ਕਰੇਗੀ, ਤੁਹਾਡੇ ਵਿੱਚੋਂ ਮਨੁੱਖ ਕੋਈ ਰਾਜ ਭਾਗ 'ਤੇ ਬੈਠੇਗਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਕਹਿੰਦਾ ਬਾਦਸ਼ਾਹ ਸਲਾਮਤ, ਬਖਸ਼ ਤਾਂ ਦਿੱਤਾ ਸਤਿਗੁਰਾਂ ਨੇ, ਪਰ ਕੁਛ ਸਾਨੂੰ ਫਲ ਭੁਗਤਾ ਵੀ ਦਿੱਤਾ ਸਤਿਗੁਰਾਂ ਨੇ। ਕਹਿਣ ਲੱਗੇ ਰਾਜਾ ਸਾਹਿਬ, ਕੁਛ ਖਮਿਆਜ਼ਾ ਤੁਹਾਨੂੰ ਭੁਗਤਣਾ ਪਵੇਗਾ, ਨਿਰਾ ਖਾਲੀ ਤੁਹਾਨੂੰ ਛੱਡਦੇ ਨਹੀਂ ਕਿ ਇਸ ਤੋਂ ਅੱਗੇ ਤੁਹਾਡੀ ਅੰਸ਼ ਵੰਸ਼ ਵਿੱਚ ਤੁਹਾਡੀ ਪਟਰਾਣੀ ਰਾਜ ਭਾਗ 'ਤੇ ਬੈਠਿਆ ਕਰੇਗੀ, ਤੁਹਾਡੇ ਵਿੱਚੋਂ ਮਨੁੱਖ ਕੋਈ ਵੀ ਰਾਜ ਭਾਗ ਨਹੀਂ ਕਰ ਸਕੇਗਾ। ਇਹ ਸਾਨੂੰ ਮਾਰ ਫਿਰ ਵੀ ਖਾਣਾ ਪਈ। ਸਤਿਗੁਰੂ ਜੀ ਮਹਾਰਾਜ ਨੇ ਤਾਂ ਬੜੇ ਕਰੜੇ ਤੋਂ ਕਰੜੇ ਬਚਨ ਛੱਡਣਾ ਕੀਤੇ ਸੀ, ਅਤੇ ਇਸ ਵਾਸਤੇ ਮੇਰੀ ਪਟਰਾਣੀ ਨੇ ਤਾਂ ਮੈਂ ਬੜੇ ਤਰਲੇ ਲੈ ਕੇ ਅਤੇ ਬਖਸ਼ਾਣਾ ਕੀਤੇ ਹੈ। ਜਦੋਂ ਹੁਣ ਰਾਜੇ ਜੈ ਸਿੰਘ ਸਵਾਈ ਨੇ ਸਾਰੀ ਵਿਥਿਆ ਸੁਣਾਈ ਨਾ, ਸਭ ਕੁਛ ਦਰਸਾਣਾ ਕੀਤਾ, ਸੁਣ ਨਿਰੰਗ ਮਨ ਸਾਚੀ ਜਾਨ, ਇਹ ਸੁਣ ਕੇ ਨਿਰੰਗੇ ਬਾਦਸ਼ਾਹ ਨੇ ਸਾਰੀ ਕਹਾਣੀ ਸੱਚੀ ਆਪਣੇ ਹਿਰਦੇ ਵਿੱਚ ਜਾਣਨਾ ਕੀਤੀ ਹੈ ਕਿ ਜੋ ਕੁਛ ਕਹਿ ਰਿਹਾ ਨਾ ਰਾਜਾ ਬਿਲਕੁਲ ਸੱਚ ਹੈ, ਇਹਦੇ ਵਿੱਚ ਰਤਾ ਭਰ ਵੀ ਝੂਠ ਨਹੀਂ। ਅਤੇ ਇਹ ਸੁਣ ਕੇ ਅਤੇ ਬਾਦਸ਼ਾਹ ਦੇ ਮਨ ਦੇ ਵਿੱਚ ਫਿਰ ਮੰਗ ਉੱਠੀ, ਜਿੱਥੇ ਪਹਿਲੋਂ ਇਹਨੇ ਕਿਹਾ ਸੀ ਕਿ ਸਤਿਗੁਰਾਂ ਦਾ ਮੈਂ ਸ਼ਬਦ ਪੜ੍ਹ ਕੇ ਮੇਰੀ ਸੰਤੁਸ਼ਟੀ ਹੋ ਗਈ, ਹੁਣ ਇਸ ਤੋਂ ਬਾਅਦ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਹੱਠ ਨਹੀਂ ਕਰਾਂਗਾ, ਹੁਣ ਇਹ ਫਿਰ ਤਿਆਰ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਇਹਦੇ ਮਨ ਦੇ ਵਿੱਚ ਇਹ ਚਾਹਨਾ ਜਾਗੀ ਅਤੇ ਰਾਜੇ ਜੈ ਸਿੰਘ ਸਵਾਈ ਨੂੰ ਕਹਿਣ ਲੱਗਾ, ਰਾਜਾ ਜੈ ਸਿੰਘ ਸਵਾਈ ਜੀ ਕਿਰਪਾ ਕਰੋ ਕਿ ਤੁਸੀਂ ਮੇਰੀ ਸਿਫਾਰਸ਼ ਕਰਕੇ ਮੈਨੂੰ ਵੀ ਮਿਲਾਣਾ ਕਰੋ ਕਿ ਸਾਰੀ ਦਿੱਲੀ ਨਗਰੀ ਨੇ ਅਤੇ ਤੁਸਾਂ ਨੇ ਦਰਸ਼ਨ ਦਾਰੇ ਕੀਤੇ ਹੈ, ਪਰ ਮੈਂ ਬਾਦਸ਼ਾਹ ਹੋਣ ਦੇ ਨਾਤੇ ਵੀ ਉਹਨਾਂ ਦੇ ਦਰਸ਼ਨਾਂ ਤੋਂ ਵਾਂਝਾ, ਮੇਰੇ ਪਾਸੋਂ ਕੀ ਇਤਨੀ ਵੱਡੀ ਅਵੱਗਿਆ ਹੋਣਾ ਕੀਤੀ ਹੈ, ਕੀ ਭੁੱਲ ਹੋਣਾ ਕੀਤੀ ਹੈ ਕਿ ਕਿਰਪਾ ਦੇ ਘਰ ਵਿੱਚ ਆ ਕੇ ਮੈਨੂੰ ਵੀ ਬੇਨਤੀਆਂ ਕਰਕੇ ਅਤੇ ਬਖਸ਼ਾ ਦਿਓ ਤਾਂ ਕਿ ਮੈਂ ਵੀ ਸਤਿਗੁਰਾਂ ਦੇ ਦਰਸ਼ਨ ਦਾਰੇ ਕਰ ਸਕਾਂ। ਜਿਉਂ ਕਿਉਂ ਕਰ ਦਰਸ਼ਨ ਕਰ ਬਾਬੂ, ਅਜਮਤ ਤਿਨਕੀ ਤਵੈ ਦਿਖਾਵੋ। ਇਹ ਹੱਥ ਜੋੜ ਕੇ ਅਤੇ ਬੇਨਤੀਆਂ ਕਰਦਾ, ਤਰਲੇ ਕਰਦਾ ਬਾਦਸ਼ਾਹ ਨੂੰ ਰੰਗਾ। ਕਹਿੰਦਾ ਰਾਜਾ ਸਾਹਿਬ, ਜਿਵੇਂ ਮਰਜ਼ੀ ਤਰਲਾ ਮਿਹਨਤ ਬੇਨਤੀਆਂ ਕਰਕੇ ਇੱਕ ਵਾਰ ਮੈਨੂੰ ਦਰਸ਼ਨ ਦਾਰੇ ਕਰਵਾਓ ਤਾਂ ਕਿ ਮੈਂ ਵੀ ਉਹਨਾਂ ਦੀਆਂ ਕਰਾਮਾਤਾਂ ਦੇਖ ਸਕਾਂ, ਮੈਂ ਵੀ ਉਹਨਾਂ ਦੀਆਂ ਕਰਾਮਾਤਾਂ ਦੇਖ ਸਕਾਂ। ਆਪਣੇ ਵੱਲੋਂ ਕਈ ਢੰਗਾਂ ਦੇ ਨਾਲ ਕਹਿ ਕੇ ਨਾ ਅਤੇ ਤੁਸੀਂ ਸਤਿਗੁਰਾਂ ਨੂੰ ਭਰਮਾ ਲਵੋ ਤਾਂ ਕਿ ਮੈਨੂੰ ਦਰਸ਼ਨ ਦਾਰੇ ਦੇਣ ਵਾਸਤੇ ਤਿਆਰ ਹੋ ਜਾਣ। ਨਿਰੰਗੇ ਬਾਦਸ਼ਾਹ ਨੇ ਨਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬੜੇ ਤਰਲੇ ਲਏ ਆ ਗੁਰੂ ਪਿਆਰ ਵਾਲਿਓ, ਬੜੀਆਂ ਬੇਨਤੀਆਂ ਕੀਤੀਆਂ।
ਹੁਣ ਇਹ ਸਾਰਾ ਕੁਛ ਸੁਣ ਕੇ ਰਾਜੇ ਜੈ ਸਿੰਘ ਸਵਾਈ ਦੇ ਬੜੇ ਤਰਲੇ ਕੀਤੇ, ਬੇਨਤੀਆਂ ਕੀਤੀਆਂ। ਅਤੇ ਜਦੋਂ ਹੁਣ ਇਹਨੇ ਬੇਨਤੀਆਂ ਕੀਤੀਆਂ ਨਾ, ਰਾਜਾ ਜੈ ਸਿੰਘ ਸਵਾਈ ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਤਾਂ ਪਹਿਲੋਂ ਵੀ ਬੜੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਪਰ ਅੱਗੋਂ ਤੁਹਾਡੇ ਭਾਗ ਨੇ, ਪਰ ਮੈਂ ਹੁਣ ਵੀ ਸਤਿਗੁਰਾਂ ਦੇ ਪਾਸ ਜਾ ਕੇ ਤੁਹਾਡੇ ਵਾਸਤੇ ਬੜੀ ਸਾਰੀ ਸਿਫਾਰਿਸ਼ ਕਰਾਂਗਾ, ਬੇਨਤੀਆਂ ਕਰਾਂਗਾ, ਤਰਲਾ ਕਰਾਂਗਾ, ਜੇ ਭਲਾ ਸਤਿਗੁਰੂ ਜੀ ਮਹਾਰਾਜ ਤੁਹਾਨੂੰ ਦਰਸ਼ਨ ਦਾਰੇ ਦੇਣ ਵਾਸਤੇ ਪ੍ਰਵਾਨ ਕਰ ਲੈਣ, ਮੰਨ ਜਾਣ, ਮੈਂ ਜ਼ਰੂਰ ਬੇਨਤੀਆਂ ਕਰਾਂਗਾ। ਇੱਦਾਂ ਹੁਣ ਰਾਜੇ ਜੈ ਸਿੰਘ ਸਵਾਈ ਨੇ ਬਾਦਸ਼ਾਹ ਸਲਾਮਤ ਨੂੰ ਕਿਹਾ ਕਿ ਬਾਦਸ਼ਾਹ ਸਲਾਮਤ, ਮੈਂ ਤੁਹਾਡੇ ਤੋਂ ਕਦੀ ਵੀ ਭੱਜਦਾ ਨਹੀਂ, ਮੈਂ ਤਾਂ ਪਹਿਲੋਂ ਵੀ ਬੜੀਆਂ ਸਾਰੀਆਂ ਬੇਨਤੀਆਂ ਕੀਤੀਆਂ, ਪਰ ਸਤਿਗੁਰੂ ਜੀ ਮਹਾਰਾਜ ਤੁਹਾਡੇ ਵੱਡੇ ਗੁਨਾਹ ਨੂੰ ਦੇਖ ਕਰਕੇ ਤੁਹਾਨੂੰ ਮਿਲਣਾ ਨਹੀਂ ਚਾਹੁੰਦੇ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਜੇ ਸਤਿਗੁਰੂ ਜੀ ਮਹਾਰਾਜ ਭਲਾ ਤੁਹਾਡੇ ਉੱਤੇ ਮਿਹਰਬਾਨ ਹੋ ਜਾਣ ਅਤੇ ਤੁਹਾਨੂੰ ਦਰਸ਼ਨ ਦਾਰੇ ਕਰਵਾਏ ਜਾਣ। ਇੱਦਾਂ ਹੁਣ ਰਾਜੇ ਨੇ ਕਹਿ ਕੇ ਅਤੇ ਬਾਦਸ਼ਾਹ ਦੇ ਪਾਸੋਂ ਜਾਣਾ ਕੀਤਾ। ਸੋ ਅੱਜ ਇੱਥੇ ਸਮਾਪਤੀ, ਕੱਲ੍ਹ ਨੂੰ ਫਿਰ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨਗੇ, ਇਸ ਤੋਂ ਅੱਗੇ ਜਿਵੇਂ ਵੀ ਰਾਜਾ ਸਤਿਗੁਰਾਂ ਦੇ ਚਰਨਾਂ ਵਿੱਚ ਦਰਸ਼ਨ ਦਾਰੇ ਕਰਨ ਵਾਸਤੇ ਜਾਵੇਗਾ ਅਤੇ ਜਾ ਕਰਕੇ ਜੋ ਕੁਛ ਦੇਖੇਗਾ ਅਤੇ ਆਪਣੇ ਮਨ ਵਿੱਚ ਵਿਚਾਰੇਗਾ, ਜੇ ਸਤਿਗੁਰਾਂ ਦੀ ਰਹਿਮਤ ਹੋਏਗੀ ਤਾਂ ਕੱਲ੍ਹ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ ਸੁਣ ਕਰਕੇ, ਮਨ ਕਰਕੇ, ਹਿਰਦੇ ਵਿੱਚ ਵਸਾ ਕੇ, ਲਾਹੇ ਲੈ ਕੇ ਧੰਨਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੀ ਦਾਤੀ ਹੈ, ਸਾਡੇ ਸਿਰ 'ਤੇ ਮੇਰਾ ਦਾ ਹੱਥ ਰੱਖਣਗੇ, ਸਾਡਾ ਵੀ ਜੀਵਨ ਸਵਰ ਜਾਏਗਾ ਅਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਜਿੱਥੇ ਸਤਿਗੁਰੂ ਜੀ ਮਹਾਰਾਜ ਬਖਸ਼ਿੰਦ ਪਿਤਾ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ, ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ, ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣਦੇ ਰਹੀਏ। ਬਹੁਤ ਬਹੁਤ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਅਤੇ ਦਾਸ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣਦੇ ਰਹੀਏ। ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਸ਼ਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।